ਵਾਹਿਗੁਰੂ ਜੀ ਕਾ ਖਾਲਸਾ ਵੱਡੇ ਵੱਡੇ ਗੁਰਸਿੱਖ ਸਾਹਮਣੇ ਬੈਠਿਆ ਇਹਨਾਂ ਦਾ ਆਸ਼ੀਰਵਾਦ ਹੋਊਗਾ ਅਤੇ ਮਹਾਰਾਜ ਦੀ ਕਿਰਪਾ ਹੋਊਗੀ ਅਤੇ ਇਹ ਸਰੀਰਕ ਭਾਂਡੇ ਆ ਹੈ ਨਾ ਜੋ ਵੀ ਮਹਾਰਾਜ ਨੇ ਬੋਲਣਾ ਇਹਦੇ 'ਚੋਂ ਉਹ ਤੁਹਾਨੂੰ ਸੁਣ ਜਾਣਾ ਅੱਜ ਹੈ ਨਾ ਅਤੇ ਮਹਾਰਾਜ ਕਿਰਪਾ ਕਰਨ ਅਗੇਨ ਕੁਛ ਵੀ ਪੱਲੇ ਨਹੀਂ ਹੁੰਦਾ ਆਪਣੇ ਜਦੋਂ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਹੁੰਦਾ ਉਦੋਂ ਮਹਾਰਾਜ ਆਪ ਹੀ ਕਿਰਪਾ ਕਰਕੇ ਆਪ ਹੀ ਬੁਲਾਉਂਦੇ ਆ ਜੋ ਵੀ ਬੁਲਾਉਂਦੇ ਆ ਹੈ ਨਾ ਸੋ ਲੈਟਸ ਸਟਾਰਟ ਜਿੱਦਾਂ ਮੇਰਾ ਆਪਣਾ ਐਕਸਪੀਰੀਅੰਸ ਆ ਛੋਟੇ ਹੁੰਦਿਆਂ ਡੈਡੀ ਨੇ ਸਿਖਾਉਣਾ ਹੈ ਨਾ ਉਸ ਤੋਂ ਬਾਅਦ ਗੁਰਸਿੱਖ ਆਉਂਦੇ ਸੀ ਘਰ ਉਹਨਾਂ ਤੋਂ ਸਿੱਖਣਾ ਫਿਰ ਹੌਲੀ ਹੌਲੀ ਲੱਗਿਆ ਵੀ ਇਹ ਗੁਰਸਿੱਖ ਇੱਦਾਂ ਦੇ ਕਿੱਦਾਂ ਬਣ ਗਏ ਅਤੇ ਫਿਰ ਡੈਡੀ ਨੇ ਆਖਿਆ ਜੇਲ੍ਹ ਚਿੱਠੀਆਂ ਪੜ੍ਹ ਲਓ ਹੈ ਨਾ ਜੇਲ੍ਹ ਚਿੱਠੀਆਂ ਪੜ੍ਹ ਲਈ ਉਸ ਤੋਂ ਬਾਅਦ ਰੰਗਲੇ ਸੱਜਣ ਪੜ੍ਹ ਲਈ ਉਹ ਇੰਟਰਸਟਿੰਗ ਸੀ ਸਾਰੀਆਂ ਸਟੋਰੀਆਂ ਸੀਗੀਆਂ ਬੜਾ ਇੰਟਰਸਟਿੰਗ ਸੀ ਦੇਖ ਕੇ ਕਈ ਵਾਰੀ ਰੋਣਾ ਵੀ ਆ ਜਾਣਾ ਵੀ ਹਾਂ ਵੀ ਸਾਨੂੰ ਤਾਂ ਲੱਗਦਾ ਨਹੀਂ ਕਦੇ ਇੱਦਾਂ ਹੋ ਸਕਦਾ ਅਤੇ ਫਿਰ ਹੌਲੀ ਹੌਲੀ ਹੋਇਆ ਵੀ ਜਿੱਦਾਂ ਦੇ ਗੁਰਸਿੱਖ ਬਣੇ ਆ ਕੋਈ ਹੋਊ ਵੀ ਕਿੱਦਾਂ ਕਿੱਦਾਂ ਬਣ ਗਏ ਸਾਰੇ ਗੁਰਸਿੱਖ ਫਿਰ ਉਦੋਂ ਬਾਅਦ ਹੌਲੀ ਹੌਲੀ ਦੇਖਿਆ ਵੀ ਭਾਈ ਸਾਹਿਬ ਨੇ ਤਕਰੀਬਨ 40 ਕਿਤਾਬਾਂ ਲਿਖੀਆਂ ਹੈ ਨਾ ਐਗਜੈਕਟ ਨੰਬਰ ਵੀਰ ਜੀ ਨੂੰ ਪਿੱਛੇ ਪਤਾ ਹੋਊਗਾ ਬੈਠੇ ਅਤੇ ਉਹਦੇ 'ਚੋਂ ਅਨੰਦ ਸ਼ਬਦ ਦਸਮਦਾਰ ਪੜ੍ਹਿਆ ਲੱਗਿਆ ਵੀ ਇਹ ਨਾ ਇੱਦਾਂ ਹੈ ਵੀ ਜਿਵੇਂ ਆਪਾਂ ਲੈਬ ਰਿਪੋਰਟ ਸਕੂਲ 'ਚ ਬਣਾਉਂਦੇ ਹਾਂ ਅਤੇ ਉੱਥੇ ਜਦੋਂ ਲੈਬ ਦੀਆਂ ਇੰਸਟਰਕਸ਼ਨਸ ਹੁੰਦੀਆਂ ਹੈ ਨਾ ਅਤੇ ਉਹ ਫੋਲੋ ਕਰੀ ਜਾਈਦੀਆਂ ਇੱਕ ਇੰਸਟਰਕਸ਼ਨ ਦੂਜੀ ਇੰਸਟਰਕਸ਼ਨ ਹਰੇਕ ਸਟੈਪ 'ਤੇ ਕੁਛ ਨਾ ਕੁਛ ਹੋ ਹੀ ਜਾਂਦਾ ਅਤੇ ਹੌਸਲਾ ਹੋ ਜਾਂਦਾ ਵੀ ਹਾਂ ਵੀ ਇਹ ਲੈਬ ਰਿਪੋਰਟ ਹੈ ਜਿਹੜੀ ਉਹ ਠੀਕ ਆ ਹੈ ਨਾ ਅਤੇ ਵੀ ਜਿੱਦਾਂ ਆਹ ਇੱਕ ਐਕਸਪੈਰੀਮੈਂਟ ਕੀਤਾ ਖਾਸ ਕਰਕੇ ਕੈਮਿਸਟਰੀ ਦੇ ਵਿੱਚ ਉਹ ਕਲਰ ਚੇਂਜ ਹੋਈ ਜਾਂਦੇ ਆ ਉਹਦੇ ਨਾਲ ਹੌਸਲਾ ਹੋਣ ਲੱਗ ਜਾਂਦਾ ਫਿਜ਼ਿਕਸ ਲੈਬ ਦੇ ਵਿੱਚ ਵੀ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਜਿਵੇਂ ਜਿਵੇਂ ਰਿਜ਼ਲਟ ਆਉਂਦੇ ਆ ਐਕਸਪੈਰੀਮੈਂਟਸ ਦੇ ਬੰਦੇ ਨੂੰ ਹੌਸਲਾ ਹੋ ਜਾਂਦਾ ਸੋ ਆਈ ਵਾਜ਼ ਲੁਕਿੰਗ ਫੋਰ ਸਮਥਿੰਗ ਵੀ ਕਿਹੜੀ ਕਿਤਾਬ ਹੋਵੇ ਜਿਹੜੀ ਮੈਨੂੰ ਦੱਸੇ ਵੀ ਹਾਂ ਵੀ ਇੱਥੋਂ ਸ਼ੁਰੂ ਕਰਨਾ ਅਤੇ ਇੱਥੇ ਖਤਮ ਹੋਊਗਾ ਜਾਂ ਨਹੀਂ ਖਤਮ ਹੋਊਗਾ ਜੋ ਵੀ ਰਿਜ਼ਲਟ ਆ ਕਿਹੜੀ ਕਿਤਾਬ ਹੋਵੇ ਹੈ ਨਾ ਫਿਰ ਨਾਮ ਅਤੇ ਨਾਮ ਦਾ ਦਾਤਾ ਸਤਿਗੁਰੂ ਇੱਕ ਕਿਤਾਬ ਸੀ ਹੈ ਨਾ ਅਤੇ ਫਿਰ ਅਨੰਦ ਸ਼ਬਦ ਦਾ ਸਮਦਵਾਰ ਇੱਕ ਹੋਰ ਕਿਤਾਬ ਸੀ ਫਿਰ ਬੜੇ ਕੁਸ਼ਚਨ ਆਉਣੇ ਜਿਵੇਂ ਆਪਣੇ ਆਹ ਕੁਸ਼ਚਨ ਆਪਾਂ ਵਰਕਸ਼ਾਪਸ ਪੁੱਛਦੇ ਹਾਂ ਵਿਲ ਫਰੀ ਵਿਲ ਦਾ ਕੁਸ਼ਚਨ ਸੀਗਾ ਕੱਲ੍ਹ ਫਿਰ ਕਰਮ ਫਿਲਾਸਫੀ ਆ ਗਈ ਅੱਗੇ ਭਾਈ ਸਾਹਿਬ ਦੀ ਲੈਂਗੁਏਜ ਬਹੁਤ ਜ਼ਿਆਦਾ ਡੀਪ ਲੈਂਗੁਏਜ ਆ ਬਹੁਤ ਜ਼ਿਆਦਾ ਫਿਲੋਸੋਫਿਕਲ ਆ ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਮੈਂ ਪੰਜਾਬੀ ਸਕੂਲ ਦੀ ਪੜ੍ਹੀ ਹੋਈ ਹਾਂ ਮੇਰੀ ਪੰਜਾਬੀ 'ਚ ਬੜੇ ਵਧੀਆ ਨੰਬਰ ਆਉਂਦੇ ਹੁੰਦੇ ਸੀ ਹੈ ਨਾ ਅਤੇ ਇਹਦੇ ਜ਼ਿਆਦਾ ਵਧੀਆ ਆਉਂਦੇ ਸੀ ਵੈਸੇ ਅਤੇ ਪਰ ਤਾਂ ਵੀ ਜਦੋਂ ਭਾਈ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ ਤਾਂ ਉਹ ਲੈਂਗੁਏਜ ਉੰਨੀ ਈਜ਼ੀ ਨਹੀਂ ਹੈਗੀ ਪਹਿਲੀ ਵਾਰ ਛੋਟੇ ਹੁੰਦਿਆਂ ਪੜ੍ਹੀ ਥੋੜ੍ਹਾ ਜਿਹਾ ਪਤਾ ਲੱਗਿਆ ਫਿਰ ਵੱਡੇ ਹੋ ਕੇ ਦੁਬਾਰਾ ਪੜ੍ਹੀ ਤਾਂ ਫਿਰ ਹੋਰ ਜ਼ਿਆਦਾ ਪਤਾ ਲੱਗਾ ਅਤੇ ਕਈ ਵਾਰੀ ਸੋਚ ਕੇ ਇੱਦਾਂ ਲੱਗਦਾ ਵੀ ਜਿਹਦੀ ਫਸਟ ਲੈਂਗੁਏਜ ਪੰਜਾਬੀ ਨਹੀਂ ਹੁਣ ਮੇਰੀ ਫਸਟ ਲੈਂਗੁਏਜ ਇੰਗਲਿਸ਼ ਹੈ ਨਹੀਂ ਜਦੋਂ ਪ੍ਰੋਨਾਊਂਸ ਕਰਨਾ ਹੁੰਦਾ ਕਈ ਵਾਰੀ ਨਾ ਉੱਥੇ ਗੂਗਲ 'ਤੇ ਪਾਉਣਾ ਪੈਂਦਾ ਕੱਲ੍ਹ ਦੀ ਗੱਲ ਆ ਐਨ ਏ ਵੀ ਆ ਮੈਂ ਕਹਿਣਾ ਸੀ ਵੀ ਤੂੰ ਨੀਚੋਂ ਮਹਾਰਾਜ ਸਵਾਸ ਗ੍ਰਾਥ ਮੈਂ ਕਿਹਾ ਵੀ ਇਹਨੂੰ ਮੈਂ ਕਿਵੇਂ ਪ੍ਰੋਨਾਊਂਸ ਕਰਨਾ ਫਿਰ ਮੈਂ ਪਾਇਆ ਗੂਗਲ 'ਤੇ ਕਹਿੰਦੇ ਨੇ ਉਹ ਹੈ ਨਾ ਸੋ ਇੱਦਾਂ ਵੀ ਜੇ ਸਾਨੂੰ ਸੈਕਿੰਡ ਲੈਂਗੁਏਜ ਦੇ ਵਿੱਚ ਇੰਨੀ ਪ੍ਰੋਬਲਮ ਆਉਂਦੀ ਹੈ ਤਾਂ ਜਿਹੜੇ ਨਿਆਣੇ ਇੱਥੇ ਹੋਏ ਆ ਮੇਰਾ ਆਪਣਾ ਬੇਟਾ ਬੈਠਾ ਹੈ ਨਾ ਇਹਨਾਂ ਨੂੰ ਕਿੰਨੀ ਪ੍ਰੋਬਲਮ ਆਊਗੀ ਭਾਈ ਸਾਹਿਬ ਦੀ ਕਿਤਾਬ ਪੜ੍ਹ ਕੇ ਉਹਨਾਂ ਨੂੰ ਕਿੱਦਾਂ ਸਮਝ ਆਊਗੀ ਹੈ ਨਾ ਸੋ ਇਹ ਸਾਰੇ ਕੁਸ਼ਚਨ ਮੇਰੇ ਦਿਮਾਗ 'ਚ ਰਹਿੰਦੇ ਸੀ ਆਪਣੇ ਵਾਸਤੇ ਹੁਣ ਇਹ ਮੇਰਾ ਬੇਟਾ ਆ ਇਹਦੇ ਵਾਸਤੇ ਬੜੇ ਕੁਸ਼ਚਨ ਸੀਗੇ ਹੈ ਨਾ ਸੋ ਇਹ ਜਿਹੜੀ ਪ੍ਰੈਜੈਂਟੇਸ਼ਨ ਆ ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਬ੍ਰੇਕ ਡਾਊਨ ਕਰਨ ਦੀ ਸਾਰੀ ਮੇਰੇ ਆਪਣੇ ਅਗੇਨ ਲਾਈਕ ਮੇਰਾ ਆਪਣਾ ਕੁਛ ਨਹੀਂ ਹੈਗਾ ਭਾਈ ਸਾਹਿਬ ਦੀ ਬੁੱਕ ਅਨੰਦ ਸ਼ਬਦ ਦਸਮਦਵਾਰ ਦੇ ਵਿੱਚੋਂ ਮੈਂ ਮੋਸਟਲੀ ਸਾਰਾ ਮਟੀਰੀਅਲ ਲਿਆ ਆ ਅਤੇ ਉਸ ਤੋਂ ਬਾਅਦ ਮੇਰਾ ਆਪਣਾ ਜਿਹੜੀ ਬੈਕਗਰਾਊਂਡ ਆ ਫਿਜ਼ਿਕਸ ਆ ਅਤੇ ਉਹਦੇ 'ਤੇ ਬੇਸਡ ਥੋੜ੍ਹਾ ਜਿਹਾ ਨੂੰ ਬ੍ਰੇਕ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਐਕਸੈਸੀਬਲ ਹੋ ਜੇ ਸਾਡੇ ਸਟੂਡੈਂਟਸ ਵਾਸਤੇ ਇੱਥੇ ਹੈਗੇ ਕੋਈ ਬੱਚੇ ਜਿਨ੍ਹਾਂ ਨੇ ਫਿਜ਼ਿਕਸ ਮਾੜੀ ਮੋਟੀ ਯਾਦ ਹੋਵੇ ਗ੍ਰੇਡ 9-10 ਐਨਰਜੀ ਕੀ ਹੁੰਦੀ ਆ ਮਾੜਾ ਮੋਟਾ ਬੇਸਿਕਸ ਓਕੇ ਸੋ ਸਾਰਿਆਂ ਤੋਂ ਪਹਿਲਾਂ ਕੁਸ਼ਚਨ ਇਹ ਆ ਵੀ ਆਪਾਂ ਸਾਰੇ ਹੁਣ ਇੱਥੇ ਕੈਂਪ ਦੇ ਵਿੱਚ ਆਏ ਹਾਂ ਹੈ ਨਾ ਅਤੇ ਕੈਂਪ ਦੇ ਵਿੱਚ ਆਉਣ ਲੱਗਿਆ ਸਾਨੂੰ ਪਤਾ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਪਰ ਕਾਹਤੋਂ ਨਹੀਂ ਹੁੰਦਾ ਸਾਡੇ ਤੋਂ ਹੈ ਨਾ ਇਹ ਸਾਰਿਆਂ ਤੋਂ ਵੱਡਾ ਕੁਸ਼ਚਨ ਹੈ ਮੇਰਾ ਜੀ ਕਰਦਾ ਮੇਰਾ ਅੱਜ ਹੀ ਦਸਮਦਵਾਰ ਖੁੱਲ੍ਹ ਜੇ ਹੈ ਨਾ ਅੱਜ ਹੀ ਖੁੱਲ੍ਹ ਜੇ ਪਰ ਹੁੰਦਾ ਨਹੀਂ ਇੱਦਾਂ ਹੈ ਨਾ ਫਿਰ ਉਹਦਾ ਵੀਰ ਜੀ ਹੋਰਾਂ ਨੇ ਐਕਸਪਲੇਨ ਕੀਤਾ ਸੀ ਕੱਲ੍ਹ ਭਾਈ ਪ੍ਰੀਤਮ ਸਿੰਘ ਜੀ ਭਾਈ ਗੁਰਮਨ ਸਿੰਘ ਜੀ ਇਹਨਾਂ ਨੇ ਐਕਸਪਲੇਨ ਕੀਤਾ ਸੀ ਸਮਾਰਟ ਗੋਲਸ ਹੋਣੇ ਚਾਹੀਦੇ ਆ ਰੀਅਲੀ ਅਗਰੀ ਵਿਦ ਦੈਟ ਹੈ ਨਾ ਵੀ ਥੋੜ੍ਹਾ ਥੋੜ੍ਹਾ ਕਰਕੇ ਵਧਾਈ ਜਾਓ ਪਰ ਇੰਨੀਆਂ ਡਿਸਟਰੈਕਸ਼ਨਸ ਨੇ ਮੇਰੇ ਕੋਲ ਤਾਂ ਭਾਰ ਨਹੀਂ ਬਹੁਤ ਹੈ ਨਾ ਛੋਟਾ ਜਿਹਾ ਬੱਚਾ ਇੱਕ ਵਾਰੀ ਅਸੀਂ ਪੰਜਾਂ ਦੇ ਪੇਸ਼ ਹੋਏ ਪੰਜ ਪੈਰੇ ਵੀ ਮੇਰੇ ਹਸਬੈਂਡ ਨੂੰ ਕਹਿੰਦੇ ਵੀ ਉਹਦੇ ਕੋਲ ਤਾਂ ਬੱਚਾ ਆ ਜੇ ਅੰਮ੍ਰਿਤ ਵੇਲੇ ਨਹੀਂ ਉੱਠਦੀ ਕੋਈ ਨਹੀਂ ਤੂੰ ਉੱਠਿਆ ਕਰ ਠੀਕ ਆ ਪੰਜਾਂ ਨੇ ਵੀ ਇੱਦਾਂ ਕਹਿਤਾ ਵੀ ਥੋੜ੍ਹਾ ਜਿਹਾ ਈਜ਼ੀ ਕਰਤਾ ਮੇਰੇ ਵਾਸਤੇ ਸੋ ਡਿਸਟਰੈਕਸ਼ਨਸ ਹੈ ਨਾ ਬਹੁਤ ਸਾਰੀਆਂ ਹੁੰਦੀਆਂ ਪਰ ਐਨੀਵੇਜ਼ ਇੱਕ ਨਾ ਗੋਰੀ ਹੈਗੀ ਆਪਣੇ ਕੁੜੀ ਅਮੈਂਡਾ ਕ੍ਰੋਮਵੈਲ ਸਾਈਕੋਲੋਜਿਸਟ ਆ
उन्हें तीन चीज़ा दसिया ने थ्री रीजनज़ वाई वी आर नॉट डूइंग वट वी से वी विल डू आई डेंट पुट एक्चुअली द क्रिटिकल वर्ड ही शी सैड डिफेंसिव फेलियर डिफेंसिव फेलियर वी बिकम डिफेंसिव फॉर आवर डिसीजनज राइट सो पहला हैगा भी वी बिलीव वी कैन नॉट डू इट ओनली अ स्पेशल परसन कैन डू इट सो फॉर एग्जाम्पल भी भाई साहब ने पिछे बैठे इतने मैं सारे का पता नहीं सारे गुरु रूप है इस वे है ना पर जिन्होंने मैं जानती हाँ जीवन हैगे आ खास करके सैवनटीज़ के गुरसिख जड़े जिन्होंने सैवनटीज़ के अमृत छकया 74 73 जैम आ साढ़े वास्ते उन्होंने को बहुत खजाना सूँ सीखना पैना उन्होंने को साड़ी जनरेशन सो एनीवेज एक बिलीफ हुंदा भी ओनली अ स्पैशल परसन कैन डू इट मेरे चो समर्था है नहीं जो वह बिलीफ आ तो असी वो चीज़ा कर नहीं सकते जड़ियाँ असी करनिया चाहते हैं दूजा है आइडेंटिटी थ्रैट फॉर एग्जाम्पल एक बच्चा मोना आ है ना सारे जानते आसे पास भी है मोना ये केस है नहीं तो ही और शी रियली वॉन्ट्स टू डू अमृत वेला ही और शी रियली वॉन्ट्स टू कमाई करनी गुरसिखी की पर एक आइडेंटिटी बन गई भी जो मैं अपने फ्रेंडों के जाऊँगा उदो मैं कहोजा लगूँगा जे मैं दस्तार सजा ली जे मैं अमृत छक लिया मेरी एक फ्रेंड आ चाइनीज़ तो वाइट आ कंबीनेशन रियली इंटू सिखी क्रिश्चैनिटी मन कैथोलिक हैगी बट वी हैव अ क्रॉस रिलीजियस ग्रुप प्रेयर ग्रुप इन स्कूल सो वी ऑल डू आवर प्रेयरस एंड वी ऑल डू अरदास भी बच्चे जोड़े अपनी तरक्की करना है ना सो इन्नी सिखी दे जे कोई गल हो दीप आ कि होंगे सिखा च आ कि होंगे साढ़े आ इदा होंगे है ना बट अगेन देर इज़ उन्हें केस कट्टे छड़ते पर जिदा आईब्रोज कर लें उन्नी समझ है ना तो उन्होंने पता लग गया भी जिमें जूड़ा करना इतने चंगा होंगे हूँ इतने ना फैंसी जहा बन कर लेंदी है सो कहने का मतलब है भी एक आइडेंटिटी वो एक आइडेंटिटी आ शी इज़ वाइट एंड चाइनीज शी हैज़ एन आइडेंटिटी एंड इट्स नॉट ईजी टू ब्रेक सॉरी ब्रेक दैट आइडेंटिटी एंड दैन गो फ्रॉम देयर तीजा हैगा और बिलीफ इज़ नॉट अलाइंड विद आवर गोल सो असी कहने भी असी गुरु साहब न मिलना पर डीप डाउन कितने सानू उन्ना भरोसा है नहीं जे साडा बिलीफ ते गोल एक हो जाता दैन दैट बिकम्स आवर प्रायोरिटी क्वेश्चन सीगा कल परसों ये मेरे को प्रेजेंटेशन कुछ होर सी तो मैं चेंज करती लास्ट नाइट मैं क्या भी मैं होर ही कुछ फड़ी फिरना आ तो क्वेश्चन जोड़े है उन्होंने आंसर करने की कोशिश करूँगी भी वो थोड़ा जहा बैटर होगा है ना सो क्वेश्चन सीगा भी जो आप नाम सिमरन करते हैं तो उदो ध्यान होर ही पासे चला जाता सारे नाल हुंदा है ना कोई कोई विरले गुरसिख है जिन्हों का एक बार टेक जाता ध्यान तो उस तो बाद बस उद हिलते ही नहीं भाई साहब दी फोटो बरागण तो लगातार घंटे बद समाधि लगती होनी है ना सो मैनू इदा लगता भी जड़ा साडा ध्यान है हुण देख अज सवेर दे अमृत वेले दी गल है मेरा उस बड़ा औखा सीगा भी मैं ध्यान किवें लावां सिमरन हुंदा नितनेम हो जाता तो मेरे दिमाग च मैं प्रेजेंटेशन च की बोलूँगी है ना फस्ट टाइम है मेरी मैं प्रेजेंटेशन च की बोलना सो बड़ा औखा फिर मैं क्या महाराज ने अरदास की मैं क्या महाराज सच्चे पातशाह तुसीं बुलाउणा ते आपे जो बुलाउणा बुला लिओ मेरे कोले कोई प्रेपरेशन नहीं फिर उस तों बाद थोड़ा जिहा ठीक हो गया सो कहने का मतलब है भी जेड़ा जिथे तुहाडी अवस्था आ उस हिसाब नाल आपां नूं ओह विचार आउंदे रहिंदे आ जिहड़े विचार आ ओह असल दे विच साडा इक रिफलैक्शन आ जो भी असीं हैगे आ ओही विचार उदों नाम सिमरन वेले आउंदे रहिंदे आ सो जे आपां नूं इह प्रॉब्लम आउंदी आ तो एक्चुअली इक मिरर आ साडे वास्ते भी इह विचार सानूं कित्थों आई जांदे किद्दां दे विचार आ उह तुहानूं दस दे भी तुसीं कौण आ सो वी कैन गो फ्रॉम देयर सो हुण हैगा भी गुरसिखी नंबर वन प्रायोरिटी किद्दां बन जाए है ना हुण मेरा मैं क्लेम नहीं कर सकती भी हर वेले मैं स्वास ग्रास 24 घंटे 24/7 आई एम डूइंग लाइक स्वास ग्रास सिमरन है ना मैं टीचर हाँ कल परसों की गल आई डोंट रिमैंबर विच स्पीकर वाज बट उन्होंने कहा सी भी ये एक्सक्यूज़ नहीं होना चाहिए भी तुसी जीव नाल तां स्वास ग्रास कर ही सकते हैं हुण मैं टीचर हाँ मैं तो जीव नाल बोलती हाँ है ना फिर मैं उदों फोकस कर सकती हाँ मेरे हसबेंड है वो डेंटल हाइजनिस्ट है
ਉਹ ਕਹਿੰਦੇ ਆ ਥੋੜ੍ਹਾ ਜ਼ਿੰਦਗੀ 'ਚ ਸੁਧਾਰ ਹੋਇਆ ਵੀ ਜਦੋਂ ਮੈਂ ਦੰਦ ਸਾਫ਼ ਕਰਦਾ ਨਾਲ ਨਾਲ ਸਿਮਰਨ ਕਰ ਲੈਂਦਾ। ਪਰ ਮੇਰੇ ਕੋਲ ਚੋਇਸ ਹੈ ਨਹੀਂ, ਕਿਉਂਕਿ ਮੈਂ ਤਾਂ ਬੋਲੀ ਜਾਣਾ, ਮੈਥ ਬੋਲੀ ਜਾਣਾ, ਹੈ ਨਾ। ਉਹ ਮੈਂ ਇੱਕ ਹੀ ਜੀਵ ਨਾਲ ਮੈਥ, ਅਤੇ ਹੋ ਸਕਦਾ ਤੁਹਾਡੇ ਕੋਲ ਆਂਸਰ ਹੋਵੇ, ਵੱਡੇ ਗੁਰਸਿੱਖ ਬੈਠੇ ਇੱਥੇ, ਹੈ ਨਾ, ਵੀ ਇੱਕ ਹੀ ਜੀਵ ਆ, ਅਤੇ ਉਹਦੇ ਨਾਲ ਜਾਂ ਤਾਂ ਮੈਥ ਪੜ੍ਹਾਉਂ ਅਤੇ ਜਾਂ ਮੈਂ ਸਿਮਰਨ ਕਰੂੰ। ਹਾਂਜੀ, ਉਹ ਤਾਂ ਹੈਗਾ, ਪਰ ਇੱਥੇ ਇੱਥੇ ਨਹੀਂ ਦੱਸਿਆ ਜਾ ਸਕਦਾ। ਓਕੇ, ਬਾਅਦ 'ਚ ਸੀ। ਸੋ ਐਨੀਵੇਜ਼, ਫਿਰ ਮੈਂ ਉਦੋਂ ਕੋਸ਼ਿਸ਼ ਇਹ ਹੁੰਦੀ ਵੀ ਕਿਰਤ 'ਤੇ ਧਿਆਨ ਦਿੱਤਾ ਜਾਵੇ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਜੇ ਮੇਰੇ ਕੋਲ ਨਾਮ ਨਹੀਂ ਜਪਿਆ ਜਾਂਦਾ ਉਦੋਂ ਕਿਰਤ 'ਚ ਮਨ ਲਾ ਲਏ, ਹੈ ਨਾ, ਮਤਲਬ ਮੈਂ ਇੱਦਾਂ ਸੋਚਿਆ ਸੀਗਾ। ਫਿਰ ਚੰਗੀ ਟੀਚਿੰਗ, ਸਾਰਿਆਂ ਦਾ ਧਿਆਨ ਰੱਖਣਾ, ਫਿਰ ਮੈਂ ਉੱਧਰ ਧਿਆਨ ਦੇ ਲੈਂਦੀ ਹਾਂ। ਸੋ ਐਨੀਵੇਜ਼, ਆਹ ਹੁਣ ਭਾਈ ਸਾਹਿਬ ਦੀ ਫੋਟੋ ਆ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਆਹ ਭਾਈ ਫੌਜਾ ਸਿੰਘ ਆ, ਆਹ ਭਾਈ ਲੋਕ ਸਿੰਘ ਬੱਬਰ ਨੇ, ਆਹ ਮੇਰੀ ਵੱਡੀ ਭੈਣ ਆ। ਅਸੀਂ ਅਸਲ 'ਚ ਤਿੰਨ ਭੈਣਾਂ ਆ, ਪਰ ਇਹ ਚੌਥੀ ਸਾਰਿਆਂ ਤੋਂ ਵੱਡੀ ਭੈਣ ਆ। ਸੋ ਮੇਰੀ ਇੰਸਪੀਰੇਸ਼ਨ ਜਿਹੜੀ ਹੈਗੀ ਆ, ਹਾਂਜੀ, ਇਹਦਾ ਨਾਮ ਸੀਗਾ ਜਗਮੋਹਨਦੀਪ ਕੌਰ, ਅਤੇ ਇਹ 5 ਸਾਲਾਂ ਦੀ ਚੜ੍ਹਾਈ ਕਰ ਗਈ ਸੀ। ਅਤੇ ਜਦੋਂ ਇਹ ਚੜ੍ਹਾਈ ਕੀਤੀ ਆ, ਉਦੋਂ ਮੇਰੇ ਮੰਮੀ ਮੇਰੇ ਨਾਲ ਪ੍ਰੈਗਨੈਂਟ ਸੀਗੀ, ਅਤੇ ਇਹਦਾ ਪਿਛੋਕੜੇ ਸੀ ਵੀ ਇਹਨੂੰ ਜਿਹੜੇ ਭਾਈ ਫੌਜਾ ਸਿੰਘ ਸੀਗੇ ਪਿਛਲੇ ਜਨਮ ਦੇ ਵਿੱਚ, ਇਹ ਉਹਨਾਂ ਨਾਲ ਸੀ, ਅਤੇ ਬੀਬੀ ਅਮਰਜੀਤ ਕੌਰ ਦੇ ਸਾਡੇ ਪਰਿਵਾਰ ਨੂੰ ਨਹੀਂ ਪਤਾ ਸੀਗਾ। ਇਹਦੀ ਬੀਬੀ ਅਮਰਜੀਤ ਕੌਰ ਨਾਲ ਗੱਲ ਹੋਈ ਸੀ, ਅਤੇ ਉਹਨਾਂ ਨੂੰ ਇਹਨੇ ਦੱਸਿਆ ਵੀ ਅਸੀਂ ਭਾਈ ਫੌਜਾ ਸਿੰਘ ਨਾਲ ਨਾ ਇੱਥੇ ਫਰੂਟ ਛੱਕਦੇ ਹੁੰਦੇ ਸੀ, ਤੁਸੀਂ ਆਈ ਥਿੰਕ ਉੱਥੇ ਅੰਮ੍ਰਿਤਸਰ ਦੇ ਆ ਜਾਂ ਨੇੜੇ ਦੇ ਹੋਵੋਗੇ, ਉੱਥੇ ਜਿੱਥੇ ਉਹ ਸਰਾਂ ਦੇ ਵਿੱਚ ਰਹਿੰਦੇ ਆਈ ਥਿੰਕ ਹੁਣ, ਹੈ ਨਾ, ਅਤੇ ਉੱਥੇ ਕੋਈ ਜਗ੍ਹਾ ਸੀ ਜਿੱਥੇ ਭਾਈ ਫੌਜਾ ਸਿੰਘ ਅਸਲ 'ਚ ਫਲ ਛਕਾਉਂਦੇ ਹੁੰਦੇ ਸੀਗੇ ਜਦੋਂ ਗੱਤਕਾ ਖੇਡਦੇ ਸੀ, ਉਸ ਟਾਈਮ 'ਤੇ ਇਹ ਉਹਨਾਂ ਦੇ ਨਾਲ ਸੀ। ਉਹ ਇਹ ਸਿੰਘ ਸੀ। ਫਿਰ ਉਹ ਜਿਹੜੀ ਗੱਲ ਸੀਗੀ, ਉਹ ਜਿਹੜੇ ਨੇੜੇ ਨੇੜੇ ਦੇ ਸਿੰਘ ਸੀ ਉਹਨਾਂ ਨੂੰ ਪਤਾ ਲੱਗ ਗਈ, ਉਹਨਾਂ ਨੇ ਇਹਨੂੰ ਜਗਮੋਹਨਦੀਪ ਕੌਰ ਛੱਡ ਕੇ ਕਹਿਣਾ ਸ਼ੁਰੂ ਕਰਤਾ ਜਗਮੋਹਨ ਸਿੰਘ। ਉਹ ਸਿੰਘ ਦਾ ਨਾਂ ਕੀ ਸੀ ਜਿਹੜਾ ਭਾਈ ਕੋਲ? ਉਹ ਹੁਣ ਮੈਨੂੰ ਯਾਦ, ਕਿਉਂਕਿ ਮੇਰਾ ਜਨਮ ਨਹੀਂ ਹੋਇਆ ਸੀ ਉਦੋਂ, ਅਤੇ ਮੰਮੀ ਡੈਡੀ ਨੂੰ ਵੀ ਨਹੀਂ ਪਤਾ, ਬੀਬੀ ਅਮਰਜੀਤ ਕੌਰ ਨੂੰ ਪਤਾ ਹੋ ਸਕਦਾ। ਅਤੇ ਐਨੀਵੇਜ਼, ਫਿਰ ਜਿਹੜਾ ਇਹਦਾ ਲਾਸਟ ਵਾਲਾ ਨਾਮ ਸੀ, ਜਦੋਂ ਮੇਰਾ ਜਨਮ ਹੋਇਆ ਅਤੇ ਉੱਥੇ ਤੱਦਾ ਆਇਆ, 5 ਪੈਰਾਂ ਦੇ ਵੇਲੇ ਜਦੋਂ ਅੰਮ੍ਰਿਤ ਛਕਾਉਂਦੇ ਆ, ਮੰਮੀ ਨੇ ਸੋਚਿਆ ਦਲੇਰ ਕੌਰ ਰੱਖਣਾ, ਅਤੇ ਉਹ ਭਾਈ ਹਰਭਜਨ ਸਿੰਘ ਨੇ ਜਿਹੜੇ ਕੀਰਤਨ ਕਰਦੇ ਆ ਉਹਨਾਂ ਦੀ ਬੇਟੀ ਆ ਦਲੇਰ ਕੌਰ, ਹੁਣ ਉਹਨੇ ਮੇਰਾ ਨਾਂ ਲੈ ਲਿਆ ਜਿਹੜਾ ਮੰਮੀ ਨੇ ਸੋਚਿਆ ਸੀ, ਆਂਟੀ ਨੇ ਬੋਲਤਾ ਦਲੇਰ ਕੌਰ। ਫਿਰ ਮੰਮੀ ਕੋਲ ਕੋਈ ਚੋਇਸ ਨਹੀਂ ਬਚੀ, ਉਹਨਾਂ ਨੇ ਮੇਰਾ ਨਾਂ ਦੀਪ ਕੌਰ ਰੱਖਤਾ। ਅਤੇ ਫਿਰ ਉਸ ਤੋਂ ਬਾਅਦ ਮੰਮੀ ਕਹਿੰਦੇ ਹੁੰਦੇ ਆ ਵੀ ਇਹਦਾ ਜਿਹੜਾ ਅੱਧਾ ਨਾਂ ਆ ਉਹ ਮੇਰੇ ਕੋਲ ਆਇਆ, ਜਿਹੜਾ ਇਹਦਾ ਨਾਂ ਬੋਲਿਆ ਨਹੀਂ ਗਿਆ ਸੀ ਉਦੋਂ ਕਿਤੇ, ਕਿਉਂਕਿ ਸਿੰਘਾਂ ਨੇ ਜਗਮੋਹਨ ਸਿੰਘ ਕਹਿਣਾ ਸ਼ੁਰੂ ਕਰਤਾ ਇਹਨੂੰ, ਅਤੇ ਮੇਰੇ ਕੋਲ ਦੀਪ ਕੌਰ ਆ ਗਿਆ ਇਹਦਾ। ਫਿਰ ਉਹ ਨਾਲ ਮੈਨੂੰ ਅਟੈਚ ਕਰ ਦਿੰਦੇ ਆ ਇਹਦੇ, ਵੀ ਹਾਂ ਵੀ ਕਹਿੰਦੇ ਹੁੰਦੇ ਵੀ ਜਦੋਂ ਉਹ ਗਈ ਆ ਤਾਂ ਤੇਰੇ ਹੱਥ 'ਚ ਫੜਾ ਗਈ ਸਾਨੂੰ, ਉਹਨਾਂ ਦੇ ਇਮੋਸ਼ਨਸ ਆ, ਹੈ ਨਾ। ਬਟ ਐਨੀਵੇਜ਼, ਇਹ 5 ਕੁ ਸਾਲਾਂ ਦੀ ਸੀਗੀ ਅਤੇ 5 ਗ੍ਰੰਥੀ ਦਾ ਪਾਠ ਕਰ ਲੈਂਦੀ ਸੀ, ਅਤੇ ਮਤਲਬ ਬੜੀਆਂ ਬੜੀਆਂ ਕਹਾਣੀਆਂ ਨੇ। ਮਾਸਟਰ ਜਸਵੰਤ ਸਿੰਘ ਜੀ ਸੀਗੇ ਅੰਮ੍ਰਿਤਸਰ ਵਾਲੇ, ਅਤੇ ਇਹਨੇ ਲਾਸਟ ਵਾਲਾ ਦਿਨ ਸੀ, ਮੰਮੀ ਦੱਸਦੇ ਹੁੰਦੇ ਆ, ਅਤੇ ਇਹਨੇ ਮਾਸਟਰ ਜੀ ਨੂੰ ਕਿਹਾ ਵੀ ਤੁਸੀਂ ਘਰ ਚੱਲੋ ਸਾਡੇ। ਮਾਸਟਰ ਜੀ, ਸ਼ਾਮ ਦਾ ਟਾਈਮ ਸੀ, ਅਤੇ ਉਹ ਕਹਿੰਦੇ ਵੀ ਨਹੀਂ ਵੀ ਮੈਂ ਰਹਿਣਾ ਚਾਹੁੰਦਾ। ਫਿਰ ਪਤਾ ਨਹੀਂ ਕੀ ਅਚਾਨਕ ਮਨ 'ਚ ਆਇਆ, ਸੁਖਾਸਨ ਥੋੜ੍ਹਾ ਜਿਹਾ ਅਰਲੀ ਕੀਤਾ, ਸੁਖਾਸਨ ਦੇ ਵਿੱਚ ਹੁਕਮਨਾਮਾ ਆ ਗਿਆ, ਮੈਨੂੰ ਯਾਦ ਨਹੀਂ ਕਿਹੜਾ ਹੁਕਮਨਾਮਾ ਸੀ, ਪਰ ਹੁਕਮਨਾਮੇ ਦੇ ਵਿੱਚ ਜਿਹੜੇ ਅਰਥ ਸੀਗੇ ਹੁਕਮਨਾਮੇ ਦੇ, ਉਹ ਚੜ੍ਹਾਈ ਵਾਲੇ ਸੀਗੇ ਵੀ ਕਿਸੇ ਨੇ ਚੜ੍ਹਾਈ ਕਰ ਦੇਣਾ। ਅਤੇ ਮਾਸਟਰ ਜੀ ਕਹਿੰਦੇ ਚਲੋ ਚੱਲਦੇ ਹਾਂ। ਜਦੋਂ ਤੁਰੇ ਅਤੇ ਰਾਹ 'ਚ ਐਕਸੀਡੈਂਟ ਹੋ ਗਿਆ, ਇਹ ਚੜ੍ਹਾਈ ਕਰ ਗਈ, ਅਤੇ ਫਿਰ ਉਦੋਂ ਜਿੱਦਾਂ ਮੰਮੀ ਨੂੰ ਰੋਏ ਨਹੀਂ, ਮੰਮੀ ਪਹਿਲਾ ਬੱਚਾ ਸੀ ਮੰਮੀ ਦਾ, ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ। ਮੰਮੀ ਕਹਿੰਦੇ ਅਚਾਨਕ ਮੇਰੇ ਜਿੱਦਾਂ ਢਿੱਡ 'ਚ ਕੁਛ ਹੋਇਆ ਇੱਕ ਵਾਰੀ, ਫਿਰ ਮੈਂ ਕਿਹਾ ਮਹਾਰਾਜ ਦੀ ਦਾਤ ਸੀ ਅਤੇ ਮਹਾਰਾਜ ਨੇ ਲੈ ਲਈ, ਹੈ ਨਾ। ਅਤੇ ਫਿਰ ਇਹਦਾ ਜਦੋਂ ਭੋਗ ਪਾਇਆ ਸੀਗਾ, ਅਤੇ ਕਹਿੰਦੇ ਆ ਵੀ ਜਿਹੜੇ ਸਿੰਘ ਸੀ ਉੱਥੇ ਭੋਗ ਵੇਲੇ, ਉਹਨਾਂ ਨੂੰ ਜਗਾਰਿਆਂ ਦੀ ਆਵਾਜ਼ ਸੁਣੀ ਆਕਾਸ਼ ਦੇ ਵਿੱਚ, ਹੋਰ ਨਹੀਂ ਕਿਸੇ ਨੂੰ ਸੁਣੇ। ਮੇਰੇ ਮਾਸੀ ਜੀ ਨੇ ਅੰਮ੍ਰਿਤ ਨਹੀਂ ਛਕਿਆ ਸੀ, ਉਹਨਾਂ ਨੂੰ ਨਹੀਂ ਸੁਣੀ, ਪਰ ਜਿਹੜੇ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਸੁਣੀ। ਸੋ ਇਹਦਾ ਮਤਲਬ ਇਹ ਨਹੀਂ ਵੀ ਇਹ ਇਹਨਾਂ ਸਾਰਿਆਂ ਦੇ ਬਰਾਬਰ ਆ, ਪਰ ਇਹ ਕਿਉਂਕਿ ਇਹਨਾਂ ਦੇ ਨਾਲ ਇਹਦੀ ਸਟੋਰੀ ਜੁੜੀ ਸੀ ਨਾ, ਅਤੇ ਦੁਮਾਲਾ ਵੀ ਦੇਖਣ ਨੂੰ ਸੇਮ ਜਿਹਾ ਲੱਗਦਾ, ਹੈ ਨਾ। ਅਤੇ ਜੇ ਮਤਲਬ ਭੁੱਲ ਚੁੱਕ ਮਾਫ, ਪਰ ਇਸ ਕਰਕੇ ਮਤਲਬ ਇਹਦੀ ਫੋਟੋ, ਕਿਉਂਕਿ ਮੇਰੇ ਵਾਸਤੇ ਇੰਸਪੀਰੇਸ਼ਨ ਸੀ। ਅਤੇ
ਇਹਨਾਂ ਸਾਰੇ ਗੁਰਸਿੱਖਾਂ ਦੇ ਨਾਲ ਇਹ ਵੀ ਸੀ ਹੈ ਨਾ ਠੀਕ ਅਤੇ ਉਸ ਤੋਂ ਬਾਅਦ ਮੇਰੇ ਦਾਦੀ ਜੀ ਦੀ ਡੈਥ ਹੋਈ ਅਤੇ ਜਦੋਂ ਉਹਨਾਂ ਦੀ ਡੈਥ ਹੋਈ ਫਿਰ ਅਰਦਾਸ ਕੀਤੀ ਮਹਾਰਾਜ ਨੂੰ ਅਤੇ ਇਹਨੂੰ ਵੀ ਆਖਿਆ ਨਾਲ ਹੀ ਮੈਂ ਕਿਹਾ ਕਹਿੰਦੇ ਆ ਨਾ ਵੀ 24 ਗੁਲਾਂ ਤਰ ਜਾਂਦੀਆਂ 21 ਗੁਲਾਂ ਹੈ ਨਾ 21 ਗੁਲਾਂ ਨੇ ਵੀ ਅਗਲੀਆਂ ਪਿਛਲੀਆਂ ਤਰ ਜਾਂਦੀਆਂ ਵੀ ਜੇ ਇਹਦਾ ਕੋਈ ਪਾਰ ਉਤਾਰਾ ਹੋ ਗਿਆ ਤਾਂ ਵੀ ਹੁਣ ਬੀਜ ਦਾ ਖਿਆਲ ਰੱਖ ਲਈਏ ਅੱਗੇ ਸੋ ਅਗੇਨ ਆਪਣੇ ਆਪਣੇ ਇਮੋਸ਼ਨਸ ਹੁੰਦੇ ਜਿੱਦਾਂ ਜਿੱਦਾਂ ਮਹਾਰਾਜ ਨਾਲ ਜੁੜੇ ਹੋਈ ਦਾ ਸੋ ਐਨੀਵੇਜ਼ ਏਜੰਡਾ ਅਗੇਨ ਬੋਲ ਤਾਂ ਬਹੁਤ ਲਏ ਅੰਕਲ ਜੀ ਨੇ ਕਿਹਾ ਥੋੜ੍ਹਾ ਜਿਹਾ ਦੱਸ ਦਿਓ ਮੈਂ ਸਾਰੇ ਮੈਨੂੰ ਲੱਗਾ 15 ਮਿੰਟ ਹੀ ਲਾ ਦੇ ਸੋ ਇੰਪੋਰਟੈਂਟ ਕੁਸਚਨਸ ਆਫ ਲਾਈਫ ਲਾਈਫਸ ਗੋਲ ਮੀਟਿੰਗ ਗੁਰੂ ਸਾਹਿਬ ਪ੍ਰੋਸੈਸ ਇਜ਼ ਨਾਮ ਮੈਡੀਟੇਸ਼ਨ ਬਾਣੀ ਰਿਸਾਈਟੇਸ਼ਨ ਇੰਡੀਕੇਸ਼ਨਸ ਰੀਅਲਾਈਜੇਸ਼ਨ ਆਫ ਦਸਮ ਦੁਆਰ ਯੂ ਗਾਈਜ਼ ਕੈਨ ਰੀਡ ਦ ਰੈਸਟ ਬਟ ਦਿਸ ਇਜ਼ ਦ ਏਜੰਡਾ ਦੈਟ ਵੀ ਹੈਵ ਟੂਡੇ ਆਈ ਵਿਲ ਟਰਾਈ ਟੂ ਫਿਨਿਸ਼ ਐਜ਼ ਸੂਨ ਐਜ਼ ਪੋਸੀਬਲ ਵੀ ਡੋਂਟ ਹੈਵ ਅ ਲੋਟ ਆਫ ਟਾਈਮ ਐਂਡ ਨੰਬਰ ਵਨ ਵਟ ਇਜ਼ ਗੋਡ Question number 2, the most important question, what makes us happy? Why do we experience pain and suffering? I try to put everything together in this workshop because it seems like it's a concluding workshop, right? So, when we say what is God, again, Jap Sahib de vich kal di gal hai, Jap Sahib padde ho utthe, naal naal main arth English ch dekhdi si vi ki kehnde hai Maharaj hai na. ਜਾਪ ਸਾਹਿਬ ਆਨੰਦ ਸਾਹਿਬ ਦੀ ਮੈਨੂੰ ਬੜੀ ਸਮਝ ਆਉਂਦੀ ਜਦੋਂ ਮੈਂ ਪੜ੍ਹਾਂ ਨਾ ਸਾਰੀ ਸਮਝ ਸੌਖੀ ਆ ਜਾਂਦੀ ਹੈ ਪਰ ਜਾਪ ਸਾਹਿਬ ਮੈਂ ਪੜ੍ਹ ਲੈਂਦੀ ਹਾਂ ਉਹਦੀ ਮੈਨੂੰ ਸਮਝ ਘੱਟ ਆਉਂਦੀ ਹੈ ਜਿਵੇਂ ਹਰੇਕ ਜੋ ਵੀ ਇੱਕ ਇੱਕ ਅੱਖਰ ਆ ਉਹਦੀ ਸਮਝ ਉਨੀ ਮੈਨੂੰ ਅਜੇ ਆਉਂਦੀ ਨਹੀਂ ਹੌਲੀ ਹੌਲੀ ਆਉਣ ਲੱਗ ਜੂਗੀ ਹੈ ਨਾ ਸੋ ਜਦੋਂ ਪਾਠ ਕਰਦੇ ਸੀ ਅਤੇ ਨਾਲ ਨਾਲ ਉਹ ਇੰਗਲਿਸ਼ ਦੇ ਵਿੱਚ ਉਹਦੇ ਅਰਥ ਆਉਂਦੇ ਸੀ ਅਤੇ ਉਹ ਬੜਾ ਵਧੀਆ ਲੱਗਿਆ ਵੀ ਉਹ ਤਾਂ ਮਹਾਰਾਜ ਰੱਬ ਨੂੰ ਐਕਸਪਲੇਨ ਕਰੀ ਜਾਂਦੇ ਹੈ ਨਾ ਸੋ ਆਪਾਂ ਇਹਦੇ ਬਾਰੇ ਬਾਅਦ 'ਚੋਂ ਜਿਵੇਂ ਜਿੱਥੇ ਜਿੱਥੇ ਜੀ ਕਰੂਗਾ ਉੱਥੇ ਉੱਥੇ ਆਪਾਂ ਥੋੜ੍ਹਾ ਥੋੜ੍ਹਾ ਨਾਲ ਵਿੱਚ ਐਡ ਕਰੀ ਜਾਵਾਂਗੇ ਪਰ ਐਟਲੀਸਟ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਗੋਡ ਇਜ਼ ਨੋਟ ਐਨ ਓਲਡ ਪਰਸਨ ਸਿਟਿੰਗ ਇਨ ਦ ਕਲਾਉਡ ਸਾਰਿਆਂ ਨੂੰ ਪਤਾ ਇਸ ਗੱਲ ਦਾ ਹੈ ਨਾ ਮੇਨ ਗੱਲ ਇਹ ਆ ਵੀ ਮਹਾਰਾਜ ਸਾਰੇ ਥਾਵਾਂ 'ਤੇ ਆ ਮੂਲ ਮੰਤਰ 'ਚ ਐਕਸਪਲੇਨ ਕੀਤਾ ਆ ਅਤੇ ਵੀ ਉਹ ਰੱਬ ਆ ਹੈ ਨਾ ਵਟ ਮੇਕਸ ਅਸ ਹੈਪੀ ਵਿਲ ਗੋ ਥਰੂ ਦੈਟ ਐਂਡ ਦੈਨ ਵਾਈ ਡੂ ਵੀ ਐਕਸਪੀਰੀਅੰਸ ਪੇਨ ਐਂਡ ਸਫਰਿੰਗ ਟਰੂ ਹੈਪੀਨੈਸ ਲਾਈਜ਼ ਇਨ ਕੀਪਿੰਗ ਆਵਰ ਪ੍ਰੋਮਿਸ ਹੁਣੇ ਭਾਈ ਸਾਹਿਬ ਗੱਲ ਕਰਦੇ ਸੀਗੇ ਵੀ ਰੂਹਾਂ ਜਿਹੜੀਆਂ ਨੇ ਉਹ ਵੇਟ ਕਰ ਰਹੀਆਂ ਆ ਵੀ ਸਾਨੂੰ ਕੋਈ ਚੰਗੀ ਮਾਂ ਮਿਲੇ ਅਤੇ ਵੀ ਅਸੀਂ ਉਹਦੇ ਜਨਮ ਲਈਏ ਅਤੇ ਆਪਣੇ ਸਿਰਫ ਆਪਣੇ ਰਿਲੀਜਨ ਦੇ ਵਿੱਚ ਨਹੀਂ ਹੈਗਾ ਜਿਹੜੀ ਉਹ ਮੇਰੀ ਕ੍ਰਿਸਚਨ ਫਰੈਂਡ ਹੈ ਨਾ ਉਹ ਵੀ ਮੇਰੇ ਨਾਲ ਗੱਲਾਂ ਕਰਦੀ ਹੁੰਦੀ ਆ ਵੀ ਅਰਥ ਇਜ਼ ਅ ਸਕੂਲ ਐਂਡ ਦਰ ਆਰ ਸੋ ਮੈਨੀ ਪੀਪਲ ਦਰ ਇਜ਼ ਅ ਹਿਊਜ ਲਾਈਨ ਅਪ ਟੂ ਬੀ ਬੋਰਨ ਔਨ ਅਰਥ ਇਕੱਲੇ 84 ਲੱਖ ਜੂਨਾਂ ਜਿਹੜੀਆਂ ਨੇ ਉਹ ਸਾਰੀਆਂ ਵੇਟ ਕਰਦੀਆਂ ਮਨੁੱਖਾ ਜਨਮ ਮਿਲੂਗਾ ਕੋਈ ਗਰੋਥ ਹੋਊਗੀ ਇੱਕ ਅਰਥ ਹੀ ਇੱਕ ਇਹੋ ਜਿਹਾ ਪਲੈਨਟ ਆ ਜਿੱਥੇ ਗਰੋਥ ਹੁੰਦੀ ਆ ਜਿੱਥੇ ਆਪਾਂ ਮਨੁੱਖਾ ਸਰੀਰਕ ਮਟੀਰੀਅਲ ਬਾਡੀ ਦੇ ਵਿੱਚ ਇੱਕ ਸੋਲ ਜਨਮ ਲੈਂਦੀ ਆ ਐਂਡ ਵੀ ਗੈਟ ਅ ਚਾਂਸ ਟੂ ਗਰੋ ਅਦਰਵਾਈਜ਼ ਆਪਾਂ ਗੱਲ ਕਰਦੇ ਸੀ ਫਰੀ ਵਿਲ ਦੀ ਹੈ ਨਾ ਇੰਨੀ ਫਰੀ ਵਿਲ ਵੀ ਨਹੀਂ ਹੈਗੀ ਪਰ ਹੈਗੀ ਵੀ ਆ ਜਿੱਥੇ ਤੱਕ ਮੈਨੂੰ ਲੱਗਦਾ ਹੈ ਨਾ ਸੋ ਵਿਲ ਐਕਸਪਲੇਨ ਐਂਡ ਐਕਸਪਲੋਰ ਮੋਰ ਟੁਗੈਦਰ ਅਤੇ ਜਿੱਥੇ ਜਿੱਥੇ ਤੁਹਾਨੂੰ ਲੱਗਿਆ ਮੈਨੂੰ ਟੋਕਣਾ ਟੋਕ ਦਿਓ ਠੀਕ ਆ ਆਈ ਡੋਂਟ ਕੇਅਰ ਸੋ ਮੇਨ ਗੱਲ ਇਹ ਆ ਵੀ ਅਰਥ ਸਕੂਲ ਜੇ ਆਪਾਂ ਇਸ ਧਰਤੀ ਨੂੰ ਸਕੂਲ ਮੰਨੀਏ ਦੇਰ ਇਜ਼ ਅ ਹਿਊਜ ਲਾਈਨ ਅਪ ਅਤੇ ਜਦੋਂ ਮਨੁੱਖਾ ਜਨਮ ਮਿਲ ਜਾਂਦਾ ਅੱਗੇ ਵੀਰ ਜੀ ਨੇ ਕੱਲ੍ਹ ਇੱਕ ਸਟੈਟ ਦਾ ਆਪਾਂ ਨੂੰ ਦਿਖਾਇਆ ਸੀ 0.00025 ਸਮਥਿੰਗ ਲਾਈਕ ਦੈਟ ਹੈ ਨਾ ਉਹ ਜਿਹੜਾ ਫਿਗਰ ਆ ਉਹ ਦਿਮਾਗ 'ਚ ਰੱਖਣਾ ਪੈਣਾ ਨੰਬਰ 1 84 ਲੱਖ ਜੂਨਾਂ 'ਚੋਂ ਥੋੜ੍ਹਾ ਜਿਹਾ ਹੋਰ ਘੱਟ ਜਾਣਾ ਹੁਣ 84 ਲੱਖ ਪਹਿਲਾਂ ਤਾਂ ਇਹ ਆ ਵੀ ਉੱਥੇ ਲਾਈਨ ਅਪ ਲੱਗਿਆ ਹੋਇਆ ਉਸ ਤੋਂ ਬਾਅਦ 84 ਲੱਖ ਜੂਨਾਂ ਉਹਦੇ 'ਚੋਂ ਵਾਰੀ ਆਉਣੀ ਆ ਮਨੁੱਖ ਬਣਨ ਦੀ ਉਸ ਤੋਂ ਬਾਅਦ ਮਨੁੱਖ ਬਣ ਗਏ ਫਿਰ ਵਾਰੀ ਆਉਣੀ ਆ ਵੀ ਅੰਮ੍ਰਿਤ ਮਿਲਿਆ ਕਿ ਨਹੀਂ ਮਿਲਿਆ ਫਿਰ ਅੰਮ੍ਰਿਤ ਮਿਲਿਆ ਤਾਂ ਕਿੱਥੇ ਮਿਲਿਆ ਕਿੱਦਾਂ ਮਿਲਿਆ ਅਤੇ ਵੀ ਆਪਾਂ ਨੂੰ ਸਮਝ ਆਈ ਕਿ ਨਹੀਂ ਆਈ ਜਾਂ ਅੰਮ੍ਰਿਤ ਛਕ ਕੇ ਉੱਦਾਂ ਦੀ ਜ਼ਿੰਦਗੀ ਆ ਜੇ ਵੀ ਹੈ ਨਾ ਜੇ ਸਮਝ ਆ ਗਈ ਉਸ ਤੋਂ ਬਾਅਦ ਆਰ ਵੀ ਐਕਚੁਲੀ ਲਾਈਕ ਡੂਇੰਗ ਵਟ ਵੀ ਆਰ ਸਪੋਜ਼ ਟੂ ਡੂ ਮਹਾਰਾਜ ਨੇ ਕਿਰਪਾ ਕਰਤੀ ਮਹਾਰਾਜ ਨੇ ਅੰਮ੍ਰਿਤ ਦੇਤਾ ਉਸ ਤੋਂ ਬਾਅਦ ਸਤਿਗੁਰ ਕੋਟ ਪਿੰਡ ਆ ਗਏ ਹੋਏ ਲੇਤ ਹੈ ਕਹਿੰਦੇ ਹਾਂ ਪਰ ਚਰਨ ਸਰਨ ਗੁਰ ਏਕ ਪਿੰਡਾ ਜਾਏ ਚਲ ਦੈਨ ਆ ਇੱਕ ਸਟੈਪ ਮਹਾਰਾਜ ਵਾਲੇ ਪਾਸੇ ਪੁੱਟ ਕੇ ਉਸ ਤੋਂ ਬਾਅਦ ਮਹਾਰਾਜ ਨੇ ਫਿਰ ਬਹੁਤ ਸਾਰੇ ਕਰੋੜਾਂ ਹੀ ਕਦਮ ਆਪਣੇ ਵੱਲ ਪੁੱਟ ਲੈਣੇ ਬਟ ਆਰ ਵੀ ਡੂਇੰਗ ਇਟ ਇਹ ਕੁਸਚਨ ਹੈ ਨਾ ਸੋ ਜਦੋਂ ਸੋਲ ਨੂੰ ਮੌਕਾ ਮਿਲਦਾ ਵੀ ਹਾਂ ਵੀ ਇੱਕ ਪ੍ਰੋਪਰ ਮਾਂ ਹੈਗੀ ਸਾਡੇ ਵਾਸਤੇ ਸਾਡੇ ਕਰਮਾਂ ਦੇ ਹਿਸਾਬ ਨਾਲ ਇੱਕ ਪ੍ਰੋਪਰ ਡੈਡ ਆ ਸਾਡੇ ਕਰਮਾਂ ਦੇ ਹਿਸਾਬ ਨਾਲ ਉਦੋਂ ਸੋਲ ਨੂੰ ਮੌਕਾ ਮਿਲ ਜਾਂਦਾ ਅਰਥ 'ਤੇ ਆਉਣ ਦਾ ਉੱਥੇ ਫਿਰ ਆਪਾਂ ਤਰਲੇ ਕਰਦੇ ਵੀ ਇੱਕ ਵਾਰੀ ਜਾਣਾ ਅਤੇ ਮਹਾਰਾਜ ਅਸੀਂ ਪੱਕਾ ਜਿਹੜਾ ਪ੍ਰੋਮਿਸ ਹੈ ਨਾ ਵੀ ਹਾਂ ਵੀ ਅਸੀਂ ਪੂਰੀ ਕੋਸ਼ਿਸ਼ ਕਰਨੀ ਗਰੋ ਕਰਨ ਦੀ ਰਾਈਟ ਰੀਅਲੀ ਰੀਅਲੀ ਪਿੰਕੀ ਪ੍ਰੋਮਿਸ ਰਾਈਟ
ਵੀ ਪੱਕਾ ਐਤਕੀ ਜਾਣਾ ਅਤੇ ਐਤਕੀ ਮੈਂ ਆਪਣਾ ਜੋ ਵੀ ਤੁਸੀਂ ਮੈਨੂੰ ਕਹਿੰਦੇ ਆ ਮੈਂ ਸਾਰਾ ਕੁਛ ਕਰਕੇ ਆਉਣਾ। ਇੱਥੇ ਆਉਂਦੇ ਹਾਂ, ਇਗਜ਼ਾਮ ਹੋ ਜਾਂਦਾ, ਵਿਲ ਗੋ ਇਨ ਡੀਟੇਲ, ਇੱਕ ਸਲਾਈਡ ਹੈਗੀ ਪੂਰੀ ਉਹਦੇ 'ਤੇ। ਅਤੇ ਜਿਹੜੀ ਟਰੂ ਹੈਪੀਨੈਸ ਆ ਉਹ ਲਾਈ ਕਰਦੀ ਆਪਣੇ ਪ੍ਰੋਮਿਸ ਨੂੰ ਕੀਪ ਕਰਨ ਦੇ ਵਿੱਚ। ਅਤੇ ਆਪਾਂ ਹੋਰ ਗੋ ਥਰੂ ਹੋਵਾਂਗੇ ਵੀ ਉਹ ਮਤਲਬ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਲੈਟਸ ਮੂਵ ਫਾਰਵਰਡ। ਬੇਸਿਕਲੀ ਅਰਥ ਇਜ਼ ਅ ਸਕੂਲ, ਲਾਈਫ ਇਜ਼ ਐਨ ਅਸਾਈਨਮੈਂਟ, ਐਂਡ ਰਿਲੇਸ਼ਨਸ ਆਰ ਅਗੇਨ ਚੈਲੇਂਜਸ ਔਰ ਕੁਐਸਚਨਸ ਇਨ ਦਾ ਅਸਾਈਨਮੈਂਟ। ਠੀਕ ਹੈ, ਆਪਾਂ ਇਹ ਅਨੋਲੋਜੀ ਲੈ ਕੇ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋਲਸ ਗੋਲ ਐਂਡ ਸਪਿਰਚੁਅਲ ਇੰਜੋਇਮੈਂਟ, ਦਰ ਆਰ ਸੋ ਮੈਨੀ ਅਦਰ ਥਿੰਗਸ। ਮੈਨੂੰ ਲੱਡੂ ਬੜੇ ਸਵਾਦ ਲੱਗਦੇ ਆ, ਗੁਲਾਬ ਜਾਮਣ ਮੈਨੂੰ ਬਹੁਤ ਸਵਾਦ ਲੱਗਦੇ ਆ, ਪਰ ਉਹਨਾਂ ਚਿਰ ਹੀ ਸਵਾਦ ਲੱਗਦੇ ਜਿੰਨਾ ਚਿਰ ਅਜੇ ਜਿਹੜਾ ਅੰਮ੍ਰਿਤ ਆ ਉਹ ਆਇਆ ਨਹੀਂ ਜੀਭ 'ਤੇ, ਹੈ ਨਾ। ਸੋ ਸੋਲ ਮੋਸਟ ਬਲੈਸਫੁਲ ਐਕਸਪੀਰੀਅੰਸ ਇਜ਼ ਵੈਨ ਵੀ ਮੀਟ ਵਾਹਿਗੁਰੂ ਜੀ। ਅਤੇ ਉਸ ਤੋਂ ਥੱਲੇ ਵੀ ਜਿਹੜੇ ਛੋਟੇ ਛੋਟੇ ਐਕਸਪੀਰੀਅੰਸ ਦੇ ਆਰ ਆਲਸੋ ਰੀਲੀ ਰੀਲੀ ਬਲੈਸਫੁਲ। ਇਕੱਲਾ ਟੋਪ ਦਾ ਐਕਸਪੀਰੀਅੰਸ ਨਹੀਂ ਬਲੈਸਫੁਲ, ਥੱਲੇ ਵੀ ਹੈਗੇ ਆ। ਹਾਊ ਮੈਨੀ ਆਫ ਯੂ ਲਾਈਕ ਇਫ ਬਾਈ ਚਾਂਸ ਡਿਡ ਯੂ ਐਵਰ ਫੀਲ ਐਨੀ ਟਿੰਗਲਿੰਗ ਸੈਂਸੇਸ਼ਨ ਇਨ ਕੀਰਤਨ? ਕਦੇ ਕਦੇ ਜਿੱਦਾਂ ਕੀਰਤਨ ਬੜਾ ਸੋਹਣਾ ਹੁੰਦਾ ਅਤੇ ਉੱਥੇ ਗੂਸ ਬੰਪਸ, ਐਵਰ ਫੈਲਟ ਗੂਸ ਬੰਪਸ? ਦੈਟਸ ਯੂਰ ਬਲੈਸਫੁਲ ਐਕਸਪੀਰੀਅੰਸ। ਯੂਰ ਕੁੰਡਲੀਨੀ ਐਨਰਜੀ ਇਜ਼ ਲਾਈਕ ਮੂਵਿੰਗ। ਸੋ ਜਿਹੜੀ ਉਹ ਟਿੰਗਲਿੰਗ ਸੈਂਸੇਸ਼ਨ ਆ ਔਰ ਜਿਹੜੇ ਗੂਸ ਬੰਪਸ ਆ, ਇਨ ਦੈਟ ਮੂਮੈਂਟ ਯੂ ਆਰ ਕਨੈਕਟਡ ਟੂ ਗੁਰੂ ਸਾਹਿਬ, ਲਾਈਕ ਦੇਰ ਵਾਜ਼ ਅ ਡਾਇਰੈਕਟ ਕਨੈਕਸ਼ਨ ਵਿਦ ਗੁਰੂ ਸਾਹਿਬ ਐਟ ਦੈਟ ਮੂਮੈਂਟ। ਐਂਡ ਜਸਟ ਇਮੈਜਿਨ ਦੈਟ ਸੈਂਸੇਸ਼ਨ ਐਂਡ ਦੈਨ ਟਾਈਮਸ ਮਿਲੀਅਨਸ, ਦੈਟਸ ਦ ਬਲੈਸਫੁਲ ਐਕਸਪੀਰੀਅੰਸ ਦੈਟ ਭਾਈ ਸਾਹਿਬ ਐਕਸਪੀਰੀਅੰਸਡ ਐਂਡ ਅਦਰ ਗੁਰਸਿੱਖਸ ਐਕਸਪੀਰੀਅੰਸਡ। ਸੋ ਬੇਸਿਕਲੀ ਜਿਹੜਾ ਐਕਸਪੀਰੀਅੰਸ ਆ, ਆਈ ਕੈਨ ਨੋਟ ਕਲੇਮ ਦੈਟ ਆਈ ਹੈਵ ਦੈਟ ਐਕਸਪੀਰੀਅੰਸ, ਕਿਉਂਕਿ ਸਾਰੇ ਤਰਸਦੇ ਆ ਉਸ ਐਕਸਪੀਰੀਅੰਸ ਵਾਸਤੇ। ਪਰ ਜਿਹੜਾ ਛੋਟਾ ਮੋਟਾ ਜਿਹੜਾ ਹੁੰਦਾ ਉਹਦੇ ਤੋਂ ਹੀ ਪਤਾ ਲੱਗ ਜਾਂਦਾ ਵੀ ਹਾਂ ਵੀ ਕਿੰਨਾ ਵੱਡਾ, ਕਿੰਨਾ ਵਧੀਆ ਐਕਸਪੀਰੀਅੰਸ ਹੋ ਗਿਆ। ਇਟਸ ਬਿਓਂਡ ਵਰਡਸ, ਗੂੰਗੇ ਕੀ ਮਠਿਆਈ। ਗੁਰੂ ਸਾਹਿਬ ਕਹਿੰਦੇ ਆ, ਸਤਿਗੁਰ ਮਿਲਿਆ ਧਾਵਤ ਥੰਮੈ ਨਿਜ ਕਰ ਵਸਿਆ ਆਏ, ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ, ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਤੋਂ ਉਪਜੈ, ਜਿਤ ਸਬਦ ਜਗਤ ਥੰਮ ਰਹਾਇਆ, ਤੇ ਅਨੇਕ ਵਾਜੇ ਸਦਾ ਅੰਧ ਹੈ ਸੱਚੇ ਰਹਿਆ ਸਮਾਏ, ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਕਰ ਵਸਿਆ ਆਏ। ਸੋ ਗੁਰੂ ਸਾਹਿਬ ਨੂੰ ਮਿਲਣਾ ਮੇਨ ਗੋਲ ਆ, ਅਤੇ ਦਸਮ ਦੁਆਰ ਜਿਹੜਾ ਹੈਗਾ ਆ ਜਦੋਂ ਉਹ ਖੁੱਲ੍ਹਦਾ, ਇਟ ਮੀਨਸ ਵੀ ਆਰ ਮੀਟਿੰਗ ਗੁਰੂ ਸਾਹਿਬ। ਸੋ ਦਿਸ ਇਜ਼ ਆਵਰ ਗੋਲ ਐਂਡ ਵੀ ਆਲ ਆਰ ਹੇਅਰ ਬਿਕਾਜ਼ ਵੀ ਵਾਂਟ ਟੂ ਅਚੀਵ ਦੈਟ ਗੋਲ। ਸੋ ਗੋਇੰਗ ਬੈਕ ਟੂ ਆਵਰ ਐਨੋਲੋਜੀ ਅਰਥ ਸਕੂਲ, ਨੰਬਰ ਵਨ ਇਜ਼ ਆਈਡੈਂਟੀਫਾਈ ਦ ਪਰਪਸ ਆਫ ਯੂਰ ਲਾਈਫ। ਵੀ ਆਲ ਨੋ ਇਫ ਵੀ ਆਰ ਹੇਅਰ, ਵੀ ਆਲ ਨੋ ਦੈਟ ਮੀਟਿੰਗ ਗੁਰੂ ਸਾਹਿਬ ਇਜ਼ ਦ ਪਰਪਸ ਆਫ ਲਾਈਫ। ਲੈਟਸ ਥਿੰਕ ਅਬਾਊਟ, ਆਈ ਟੀਚ ਮੈਥ, ਰਾਈਟ? ਆਈ ਟੀਚ ਕੈਲਕੂਲਸ 12, ਐਂਡ ਵੈਨ ਆਈ ਟੀਚ ਆਈ ਆਸਕ ਮਾਈ ਸਟੂਡੈਂਟਸ, ਵਟਸ ਯੂਰ ਗੋਲ, ਵਾਈ ਡਿਡ ਯੂ ਟੇਕ ਕੈਲਕੂਲਸ? ਦੇ ਟੈਲ ਮੀ ਆਈ ਵਾਂਟ ਟੂ ਗੋ ਟੂ ਮੈਡੀਕਲ ਸਕੂਲ, ਦਿਸ ਇਜ਼ ਅ ਪ੍ਰੀ ਰੈਕੁਜ਼ਿਟ, ਆਈ ਵਾਂਟ ਟੂ ਗੋ ਟੂ ਇੰਜੀਨੀਅਰਿੰਗ ਔਰ ਸਮਥਿੰਗ, ਐਨੀ ਟ੍ਰੇਡਸ ਔਰ ਵੇਅਰ ਐਵਰ ਦੇ ਆਰ ਗੋਇੰਗ, ਸੋ ਦਿਸ ਇਜ਼ ਅ ਪ੍ਰੀ ਰੈਕੁਜ਼ਿਟ ਟੂ ਗੋ ਟੂ ਯੂ ਬੀ ਸੀ, ਟੂ ਗੋ ਟੂ ਐਸ ਐਫ ਯੂ ਔਰ ਐਨੀ ਅਦਰ ਯੂਨੀਵਰਸਿਟੀ। ਸੋ ਔਨ ਅਰਥ ਸਕੂਲ ਦੇਰ ਇਜ਼ ਅਨਦਰ ਲਾਈਕ ਲੈਟਸ ਸੇ ਕੈਲਕੂਲਸ 12 ਔਰ ਕੈਮਿਸਟਰੀ 12 ਔਰ ਫਿਜ਼ਿਕਸ 12 ਵਿੱਚ ਇਜ਼ ਗੁਰਸਿੱਖੀ, ਰਾਈਟ? ਐਂਡ ਦੇਰ ਆਰ ਔਰ ਮੈਡੀਕਲ ਸਕੂਲ, ਲੈਟਸ ਜਸਟ ਸੇ ਯੂ ਵਾਂਟ ਟੂ ਬਿਕਮ ਅ ਡਾਕਟਰ, ਐਂਡ ਲੈਟਸ ਸੇ ਗੁਰਸਿੱਖੀ ਐਂਡ ਬਿਕਮਿੰਗ ਅ ਡਾਕਟਰ, ਐਂਡ ਵੀ ਆਰ ਗੋਇੰਗ ਟੂ ਜਸਟ, ਇਟਸ ਨੋਟ ਇਕੁਅਲ ਐਟ ਆਲ, ਬਟ ਬਿਕੋਜ਼ ਵੀ ਕੈਨ ਅੰਡਰਸਟੈਂਡ ਹਾਉ ਮੈਡੀਕਲ ਸਕੂਲ ਵਰਕਸ ਇਨ ਕੈਨੇਡਾ, ਰਾਈਟ? ਇਟਸ ਵੈਰੀ ਡਿਫੀਕਲਟ। ਆਈ ਆਲਵੇਜ਼ ਟੈਲ ਮਾਈ ਸਟੂਡੈਂਟਸ, ਓਨਲੀ 3% ਆਫ ਯੂ ਆਰ ਗੋਇੰਗ ਟੂ ਗੋ ਟੂ ਐਕਚੁਲੀ ਇਨ ਯੂ ਬੀ ਸੀ ਐਂਡ ਗੋਇੰਗ ਟੂ ਬਿਕਮ ਅ ਡਾਕਟਰ, ਐਂਡ ਯੂ ਹੈਵ ਟੂ ਬੀ ਰੀਅਲੀ ਗੁੱਡ ਟੂ ਗੈਟ ਦੈਟ ਐਡਮਿਸ਼ਨ, ਅਦਰਵਾਈਜ਼ ਇਫ ਯੂ ਆਰ ਨਾਟ ਗੁੱਡ ਦੈਨ ਯੂ ਆਰ ਗੋਇੰਗ ਟੂ ਸਟਰਗਲ ਔਰ ਯੂ ਵਿਲ ਬਿਕਮ ਅ ਟੀਚਰ, ਰਾਈਟ? ਆਈ ਐਮ ਅ ਟੀਚਰ, ਆਈ ਕੇਮ ਫਰੋਮ ਇੰਡੀਆ, ਆਈ ਡਿਡਨਟ ਹੈਵ ਅ ਚੋਇਸ। ਸੋ ਐਨੀਵੇਜ਼, ਨੰਬਰ ਵਨ, ਦੋਜ਼ ਸਟੂਡੈਂਟਸ ਹੈਵ ਅ ਪਰਪਸ, ਦੇ ਨੋ ਦੈਟ ਦੇ ਵਾਂਟ ਟੂ ਬਿਕਮ ਡਾਕਟਰ, ਸੋ ਦੇ ਟੂਕ ਕੈਲਕੂਲਸ 12, ਦੇਅਰ ਗੋਲ ਇਜ਼ ਵੈਰੀ ਕਲੀਅਰ, ਦੇ ਆਰ ਟਰਾਇੰਗ ਟੂ ਫੁਲਫਿਲ
the requirements for the admission, doing prerequisites and everything. And then before they actually chose that goal, they did some research, right? Maybe it was their passion to become a doctor. Maybe they just want to make money. Maybe someone in their house was sick and no one could cure and now they want to become a doctor. There can be multiple reasons, right? But now in our case scenario, what is our reason to become a Gursikh? It needs to be very clear. The goal needs to be very clear. It needs to be prioritized. So once the goal is clear, then we make the commitment. So the student, let's say, wants to become a doctor. My husband wanted to become a dentist. He's a hygienist. He wanted to become a dentist. We got married. We had fun. And ਸਾਡੇ ਵੱਡੇ ਮੰਮੀ ਕਹਿੰਦੇ ਸੀ ਉਹਨਾਂ ਨੂੰ ਨਾਨੀ ਜੀ ਮੇਰੇ ਹਸਬੈਂਡ ਦੇ ਉਹਨਾਂ ਨੇ ਕਹਿਣਾ ਵੀ ਤੂੰ ਵਿਆਹ ਕਰਾ ਲਾ ਉਹ ਕਿਹੜੇ ਤੇਰੀ ਕਿਤਾਬਾਂ ਪੜ੍ਹ ਦੂ ਆ ਕੇ ਐਂਡ ਦੇਰ ਵਰ ਮਲਟੀਪਲ ਰੀਜ਼ਨਸ ਹੀ ਵਾਜ਼ ਡਿਸਟਰੈਕਟਡ ਔਰ ਸਮਥਿੰਗ ਹੀ ਡਿਡਨਟ ਵਾਂਟ ਟੂ ਬਿਕਮ ਡੈਂਟਿਸਟ ਬਟ ਹੀ ਡਿਡ ਨਾਟ ਬਿਕਮ ਡੈਂਟਿਸਟ ਇਨ ਦੀ ਐਂਡ ਹੀ ਇਜ਼ ਸਟਿਲ ਅ ਹਾਈਜੈਨਿਸਟ ਨਾਓ ਟ੍ਰਾਇੰਗ ਟੂ ਬਿਕਮ ਅ ਕਾਉਂਸਲਰ ਸੋ ਮੇਨ ਗੋਲ ਮੇਨ ਥਿੰਗ ਇਜ਼ ਇਫ ਵੀ ਹੈਵ ਅ ਗੋਲ ਲਾਈਕ ਹੀ ਵਾਂਟਡ ਟੂ ਬਿਕਮ ਅ ਡੈਂਟਿਸਟ But there was no like commitment or hard work that was needed to become a dentist, right? So next thing is make the commitment and then keep working towards the goal. Even if there is admission, like someone got the admission, padhna chhod denge, then can we become the doctors? No, we can't, right? Even like I did masters in physics, it was not easy. I consider that medical school is going to be even more difficult, but ਆਈ ਆਲਵੇਜ਼ ਬਾਬਾ ਦੀਪ ਸਿੰਘ ਜੀ ਦਾ ਉੱਥੇ ਭੋਰਾ ਸਾਡੇ ਦਮਦਮਾ ਸਾਹਿਬ ਅਤੇ ਉੱਥੇ ਜਾਣਾ ਮੈਂ ਉਹਨਾਂ ਨੂੰ ਕਹਿਣਾ ਬਾਬਾ ਜੀ ਹੱਥ ਖੜ੍ਹੇ ਆ ਬੜੀ ਔਖੀ ਲੱਗਦੀ ਆ ਅਤੇ ਮੇਰਾ ਇੱਕ ਮੈਥ ਕੀਤਾ ਹੋਇਆ ਸੀ ਬਾਬਾ ਜੀ ਦੇ ਨਾਲ ਜੇ ਮੈਂ ਕਹਿਣਾ ਮੈਨੂੰ 90% ਚਾਹੀਦੇ ਆ ਨਾ ਮੈਨੂੰ ਪਹਿਲਾਂ ਕਹਿਣਾ ਪੈਂਦਾ 95 ਕਿਉਂਕਿ ਮੈਨੂੰ ਪਤਾ ਸੀ 5% ਘੱਟ ਦੇਣਗੇ ਆਈ ਡੋਂਟ ਨੋ ਦਿਸ ਇਜ਼ ਹਾਊ ਇਟ ਕੈਪਟ ਵਰਕਿੰਗ ਫੋਰ ਮੀ If I wanted 95, I had to ask for 100% and then he would give me 95. So 100% 105%? Yeah, I think so. I don't know. This is how it went from day one for me. So one of the naam ek baba deep singh ji pata nahi kyon unna connection ja ban gaya si jo bhra marg connection hai ta mahapurkh hai par kyunki na samjha si hai na so unna connection ban gaya si ode karke so anyways hun ede vich hai ga vi apna ਗੋਲ ਜਿਹੜਾ ਆ ਡਾਕਟਰ ਬਣਨਾ ਤਾਂ ਹੈਗਾ ਹੀ ਆ ਜਾਂ ਜੋ ਵੀ ਆਪਾਂ ਬਣਨਾ ਚਾਹੁੰਦੇ ਪਰ ਇੱਕ ਜਿਹੜਾ ਮੇਨ ਗੋਲ ਜਿਹੜਾ ਲਾਈਫ ਦਾ ਹੈਗਾ ਉਹ ਮਹਾਰਾਜ ਨੂੰ ਮਿਲਣਾ ਸੋ ਉਹਦੇ ਕਰਕੇ ਆਪਾਂ ਇਸ ਸਕੂਲ ਦੇ ਵਿੱਚ ਆਏ ਹਾਂ ਆਪਾਂ ਅੰਮ੍ਰਿਤ ਛਕਿਆ ਰਾਈਟ ਆਵਰ ਸਕੂਲ ਇਜ਼ ਗੁਰਸਿੱਖੀ ਸਕੂਲ ਰਾਈਟ ਵੀ ਨੀਡ ਟੂ ਡੂ ਆਵਰ ਰਿਸਰਚ ਆਵਰ ਯੰਗ ਜਨਰੇਸ਼ਨ ਵੀ ਨੀਡ ਟੂ ਡੂ ਆਵਰ ਰਿਸਰਚ ਆਰ ਵੀ ਰੀਲੀ ਵਾਂਟਿੰਗ ਗੁਰਸਿੱਖੀ ਐਂਡ ਇਫ ਦੇ ਵਾਂਟ ਇਟ ਦੇ ਨੀਡ ਟੂ ਮੇਕ ਇਟ ਅ ਪ੍ਰਾਇਓਰਟੀ ਐਂਡ ਇਫ ਵੀ ਮੇਕ ਇਟ ਅ ਪ੍ਰਾਇਓਰਟੀ then we need to make a commitment and amrit chakna is a commitment bhai sahab uncle ji itthe baithe aa sare ab keh dende karna hi paina mainu pata jo assi school ch kehna na karna hi paina naal di naal nyanayan da bura haal ho janda because the word karna hi paina should it's not acceptable in our generation I think I am old but next to me right jab 20-25 saal de nyane aa when we say you need to do this we should do this then there is a wall kende kyon ka to karna pana so oda reason ki hai we when we get baptized jadon assi amrit chak lenne ha we make a commitment it's our decision we made the commitment ve assi sir deta guru sahib nu hun ajj to baad meri mat nahi chalni I'm not going to think with my own mind I'm going to think the way guru sahib said and Guru Granth Sahib Ji. So when we made the commitment, then there is no question about main nahi karna, main oh nahi karna, hai na? But prior to that, prior to making that commitment, you can do your research. If you are ready, go for it, otherwise prepare more. But once you are in the army, right, Air Force say Uncle Ji, hai na? Once you are in the army, you can't break that discipline. But before, mere daddy sige, army jana chahunde si, 6 foot lambe hai. ਪਰ ਕੀ ਹੋਇਆ ਉਹਨਾਂ ਦਾ ਕੋਈ ਨਾੜ ਨੂੜ ਕਹਿੰਦੇ ਹੁੰਦੇ ਫੁੱਲ ਜਾਂਦੀ ਆ ਹੀ ਵੈਂਟ ਐਂਡ ਦੇ ਸੈਡ ਨੋ ਲਾਈਕ ਯੂ ਆਰ ਨਾਟ ਐਕਸੈਪਟਡ ਮੇਰੇ ਦਾਦਾ ਜੀ ਆਰਮੀ ਸੀਗੇ ਸੋ ਹੀ ਨੀਡਡ ਟੂ ਡੂ ਸਮ ਲਾਈਕ ਐਕਸਰਸਾਈਜ਼ ਔਰ ਸਮਥਿੰਗ ਔਰ ਮੇ ਬੀ ਵਾਜ਼ ਨਾਟ
like possible to heal that. I don't know what it was, but he never went to army. He did something else. Main gal ki itthe police de vich jaan waste kinni exercise karaunde pehla bande nu pura takda hona chahida. So discipline is required, but once you make the commitment is made, then there is no question. Before you make the commitment, you have the chance to prepare, and you prepare. Meri friend si ki unne 5-6 mahine ek car udda hi paake rakhe. I don't know if it's wrong or right, but she was preparing. Amrit oh nitnem kar udde daddy ne keha je amrit chakna nitnem pehla karna pehna sikhna pehna every day nitnem kivein karna je kar sakde ha ta amrit chaki nahi te chaki na. So she learned bhi ha bhi main kar sakdi ha. Unne 5 ek car paaye, she tried her best, and then she took amrit. So again, that was something that worked. Kyunki hunda vi bolna nahi jadon teacher aa udon bolna nahi hai na. तो इदा ही अपने सिखी के भी रूल्स एंड रेगुलेशनस ने. द टीचर एंड द क्लासमेट्स टू गाइड थ्रू द प्रोसैस. सो यदा मतलब कि क्लास के तो अपना ग्रुप वर्क हों एक दूजे आप हेल्प करते हैं, असाइनमेंट पूरी हो जाती है. इतने संगत राइट संगत जोड़े अपने क्लासमेट अपना हेल्प करते हैं. सक्सैस डिपेंड्स ऑन वट वी डिड ड्यूरिंग आवर क्लास असाइनमेंट्स और एग्जाम ऑफ लाइफ. वट एवर वी डू इन दिस लाइफ विद आवर रिलेशनस विद पाठ बाणी संगत, that's our assignment that we need to complete, right? Bhai Sahib ne kitab likhi hai ek katha kirtan, te kehnde hai vi katha manukh de jive koi vi manukh inne os level te katha nahi kar sakda jehde level te maharaj ne os time te gurbani likhi si. Apan nu help ho jandi hai jadon gursikh jehde hage explain karde, apan nu help ho jandi hai. पर असल दे विच गुरबाणी कैन एक्सप्लेन गुरबाणी. यस्टरडे देर वॉज अ क्वेश्चन अबाउट प्रकरण. एस डी ओ साहब वैन ही वॉज डूइंग कीर्तन, भाई महिंदर सिंह जी एस डी ओ, ही वॉज मेकिंग प्रकरण एवरी तुक आफ्टर एवरी तुक. लाइक देर वॉज अ ह्यूज ही हैड अ पोथी रिटन डाउन. उदों अपने वगू होंगे नहीं सी कोई सर्च इंजन नहीं सी होंदा भी उत्थे लभ के ते आपां तुकां ला लईए. सो ही डिड सो मच रिसर्च. उन्होंने प्रकरण बनाने एंड आई थिंक संत गुरबचन सिंह जी से मैं याद नहीं, पर एक संत जी से टकसाल दे कहते वैन एस डी ओ साहब डज कीर्तन इट्स बैटर दैन कथा एंड ही वुड स्टॉप डूइंग कथा वैन ही डिड कीर्तन. सो ओनली गुरबाणी कैन एक्सप्लेन गुरबाणी. वी कैन अटैम्प्ट, वी कैन यूज एनी अदर मीनस, वी कैन यूज अ ट्रांसलेशन, वी कैन यूज साइंस, वी कैन यूज एनीथिंग दैट हेल्प्स, बट एक्चुअल कथा ऑफ गुरबाणी इज गुरबाणी. You can just use any other talk that's easier for you to understand, right? But katha, it's helpful. I'm not saying that it's not helpful, it's helpful. But top tat gurmat means understand gurbani, ved gurbani. Ek Dr. Dilip Singh hai, haan ji, wo kehnde ki tusi sahi paath karde ha 10 ton leke ja 20 sahi paath kar lende ha ta tanu gurbani de arth dekhne nahi penge, tanu samajh aa jayegi. हाँ जी, दैट्स वाई आई सैड साढ़े उत्थे एक कपल सीगा, दे नैवर स्पोक पंजाबी, दे नैवर लर्न पंजाबी अल्फाबैट्स, बट दे वी इज कॉन्शियस. वी लुक एट गुरु साहब एज समटाइम्स लाइक अ बुक राइट, बट गुरु साहब जी इज कॉन्शियस. जस्ट बीइंग इन गुरु साहब्स प्रेजेंस, जस्ट लुकिंग एट वट गुरु साहब हैज सेड टू अस, even if we don't understand now, one day it will make sense when there is kripa. So the classmates gursikh sakhiyan camp di apne sigi, I think introduction video banayi si, I think Himmat Kaur ne banayi si shayad uch kehdi tuk sigi gursikh sakhiyan sikh mukh sakhiyan sikh guru maharaj. So eh apne classmate hai na, तो इन्हों के नाल रल के गल्लां करन अगेन बड़ा जी करता है, बड़ियां सहेलियां बनाउण नूं भी जी करता. आई डोंट हैव सो मैनी फ्रेंड्स इन जथा, बट मेन परपज ऑफ गुरमुख सखियाँ हैज़ दिस डूइंग सिमरन इकट्ठे होकर है ना, गुरबाणी कीर्तन, गुरबाणी पाठ, गुरबाणी विचार. अगेन दिस गुरबाणी विचार डजंट मीन भी कथा इज अगेन द टॉप मोस्ट प्रायोरिटी, बट वी कैन डिस्कस विद ईच अदर. व्हाट डू यू थिंक अबाउट दिस, व्हाट डू यू थिंक अबाउट दिस राइट. जिन्हां नूं ज़्यादा पता उन्हां नूं पुछ के. गुरु साहब नूं मिलण दा तरीका सिर्फ नाम ते बाणी. उस तो बाद जिदा कल गल हुई सी स्वास ग्रास
असी लक्की हाँ जे मैं अपने आप में लक्की समझनी हाँ एंड आई डोंट अफ्रेड टू से भी हाँ भी मैं लक्की हाँ मेरा जन्म होया अखंड कीर्तनी जथे दे विच जमद्या ही मम्मी डैडी ने 40 दिन दे सीगे असी तिन्ने भैण तो उन्होंने पेश करवाता तो उदों ही सुवास ग्रास महाराज की कृपा नाल चल पिया। तो अंकल जी ने कल कि असी बड़ी बड़े सिंह ने होर जिन्हां नूं उदां ही सुवास ग्रास चल पैंदा मम्मी जदों जथे च पेश होए सी मेरे तो अजे पंजां पैरां दृढ़ नहीं करवाया सी नाम तो पहला ही वह चल पिया सीगा तो डरदे सी नवें सीगे उन्होंने लग्या डर भी हाँ भी अजे मैंने दिता तो है नहीं मेरे पहले ही चल पिया सो देण तो पहला ही चल पिया सी उन्हां दा तो इदां हो जांदा आ। तो पर मेन गल है भी नाम सिमरन मैडीटेशन इज़ द प्रोसैस बड़ा सौखा हो जाता तरीके अगेन जो असं ये कह दें भी हाँ भी सिख धर्म सारा तो उच्चा तो वह एक जो सारा तो उच्चा लोगों का जोड़ी डिफेंसिव वॉल है वो खड़ी हो जाती नाल दी नाल वो कहें भी इदा कि कह सकते तुम हम प्रॉब्लम यह आ बुद्धिस्ट मॉन्क्स ने दे लेविटेट उन्होंने अपनी भगती करते मैडिटेशन करते दे फोकस ऑन वन फोकल पॉइंट दे पुट अ डॉट और अ कैंडल फ्लेम और दे जस्ट फोकस हेयर इन त्रिकुटी एंड दे अचीव दैट स्टेज इट्स अ वंडरफुल स्टेज वी डोंट हैव दैट स्टेज येट बट देयर लैवल इज हेयर राइट त्रिकुटी इज देयर लैवल। हिंदू धर्म आ शिवजी की जिहड़ी आख्या इत्थे बनाउंदे राइट एंड शिवजी इज द बिगेस्ट पॉसीबल देवता इन हिंदुइज़म सो जे उन्हां दी आख इत्थे आ इट मीनस द हाईएस्ट पॉसीबल लैवल ऑफ अचीवमेंट इज त्रिकुटी फॉर दम राइट एंड उदा ही जीसस क्राइस्ट आ वंडरफुल वंडरफुल आई वुड से परसन बिकॉज वी थिंक ही वॉज अ परसन वी डोंट बिलीव दैट ही वॉज अ गॉड ही वॉज अ परसन बट अ वंडरफुल परसन हिज लैवल वॉज हार्ट ग्रैटिट्यूड लव एंड ग्रैटिट्यूड Jesus Christ taught people that how to love and he loved everyone and he sacrificed his life for love and gratitude. Love and gratitude are the two key words in Christianity but that stays here at the heart like we'll talk about chakras later. And then Hinduism stops here, Buddhist monks stop here but Gursikhi takes us to the crown chakra and even they're like there are yogis right yogiyan da ek tarike aa ehda pingla again like you guys can actually check right now if you close one and it's easy to breathe from the other one it means this is working and if you close this and it's easy then this one is working but during meditation during naam simran both of them work if you wake up around like between 2 to 4 o'clock after 15-20 minutes of simran both of them start working simultaneously and that's the best part when we actually like we are attaining something so main idea here is just to achieve that happens to gursikhs right away sometimes or after some time jogiyan nu inne tarle karne pende jada ki sahab ne this is the difference between gursikh meditation naam meditation that we have and the naam meditation that yogis have again it's nice jogi harbhajan singh ji he's teaching like how to make the spine straight and all those yoga asanas and everything itself everything is helpful but it does not give us the supreme blissful experience that a gursikh can have with swas gras simran right so process is naam simran uchi uchi khande ghadkaune right तो इतने जो खंडे का मतलब मैनू नहीं पता सही है कि नहीं अगेन जिवें शिवजी का इतने अख सीगी और पिछे वीर बैठे आ इतने भी बैठे उन्होंने खंडे लगे आ मैं ऐसा लगता हूँ कि जो खंडा आ इट्स अ सिंबल ऑफ अचीविंग दसम द्वार और हाईएस्ट लैवल ऑफ सिख स्पिरिचुअलिटी आई डोंट नो इफ इट इज़ ट्रू और नो पर मैं ऐसा लगता हूँ कि जे मेरा कद खुले ना उदो खंडा लाऊंगा indications of being successful सुन आप भी पता होना चाहिए भी ठीक है नाम जपना आ नाम इज़ द प्रोसैस स्वास ग्रास नाम वन डे इफ यू हैव इट ऑलरेडी वंडरफुल इफ यू डोंट महाराज कृपा करे जो जथे च पेश होकर मिल जू जो उदे मिल जू राइट बट वन डे मिल जू जो भी कर्मा चाहिए मिल जाना
पर जदों सारा ये आपां भगती कीती आ, मैडिटेशन कीती आ, वैगुरू वैगुरू कीता आ, सवास ग्रास कीता आ, ते उदों बाद एंड ते की हुंदा? ये भाई साहब ने अनद शब्द दसम द्वार दे विच लिखा, भाई साहब परमतीर सिंह जी ने, ट्रिकलिंग ऑफ अमृत फ्रॉम दसम द्वार एंड हीयरिंग ऑफ अनस्ट्रक म्यूजिक, अनहद शब्द। सो ये दो चीज़ा हुंदियां, आपां नूं पता होना चाहिए, क्योंकि जे थोड़ा जिहा एक्सपीरियंस होवे ना तो जिहड़ा मनुखी मन असीं होम च आ जांदे वी शायद आ मेरा एंड वाला पॉइंट आ, इह रोज़ ही फिर कोशिश करनी वी उत्थे पहुँच जांदा। जे किसी नूं माड़ा मोटा लाइटां चलन लग गईआं सिर दे विच, भाई जगराज सिंह जी सीगे बहुत वधिया गुरसिख, इन्ना प्रचार कीता उन्होंने इंग्लैंड दे, तुहानूं सारिआं नूं पता होणा, उन्हां दा जिहड़ा फस्ट एक्सपीरियंस सी जदों गुरसिखी दे विच आए आ, उह कहिंदे वी मेरे लाइट फ्लिकरस मैं देखे सिर दे विच। सो मेन कोई भी जो स्पिरिचुअलिटी का अंत है नहीं कोई। सो इफ देर इज़ अ वंडरफुल एक्सपीरियंस, एंजॉय इट, बट डोंट बी स्टक विद इट, यू हैव टू कीप मूविंग। तो महाराज के रजा के रेंद अपना वैगरू वैगरू करी जाने काम आ। सो एक्सपीरियंस इन ब्रीफ, जो आप करी जाने, जब पहला क्या हूँ तक सारा माड़ा मोटा टिंगलिंग ज गूज़बम्प्स वगैरह, जो कीर्तन पूरा चढ़िया हुंदा ना, मेरा तो एक्सपीरियंस है, जो कीर्तन चढ़िया हुंदा पूरा वैगुरू वैगुरू, जां कदे कदे कीर्तन की कोई तुक इहो जिही हुंदी जिहड़ी मन नूं लग जांदी है, तो उह सुन जा हो जांदा शरीर इक वारी। सो उह मेरा गुड एक्सपीरियंस है, राइट। तो वह बड़ा कॉमन है, जो क्रिश्चन लोग आ जो चर्च जाते हैं ना, वह कहिंदे सानूं वी उदों महसूस हुंदा। सो जो रब दे नाल माड़ी मोटी सांझ पैंदी आ, जदों उहदे नाल माड़ा मोटा कनैक्शन बनता हो जाता। पर कहिंदे वी जदों 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 ਹੁੰਦਾ ਤਾਂ ਲਾਈਟ ਰੇ ਫਲਿੱਕਰ ਇਸ ਦਾ ਫਸਟ ਐਕਸਪੀਰੀਅੰਸ ਦਾ ਪੀਪਲ ਐਕਸਪੀਰੀਅੰਸ। ਉਦੋਂ ਬਾਅਦ ਜਿਹੜੀ ਲਾਈਟ ਰੇ ਹੈਗੀ ਆ ਉਹ ਵੱਧਦੀ ਜਾਂਦੀ ਹੈ, ਇਟ ਐਨਗਲਫਸ ਅ ਹੋਲ ਬਾਡੀ, ਅਤੇ ਗਾਂਹ ਦੀ ਗਾਂਹ ਮੁੜ ਕੇ ਫਿਰ ਹੌਲੀ ਹੌਲੀ ਉਹਨਾਂ ਦੇ ਸ਼ਬਦ 'ਤੇ ਉਹ ਸਾਰਾ ਕੁਛ ਹੋ ਜਾਂਦਾ। ਸੋ ਮੇਨ ਗੱਲ ਇਹ ਆ ਵੀ ਉਹ ਇੱਕ ਇੱਕ ਸਿੰਬਲ ਆ, ਵੀ ਡੋਂਟ ਹੈਵ ਟੂ ਬੀ ਸਟੱਕ ਵਿਦ ਦੈਟ। ਇਫ ਸਮਵਨ ਐਕਸਪੀਰੀਅੰਸ ਇਜ਼ ਦੈਟ, ਦੇਰ ਇਜ਼ ਮੋਰ ਐਂਡ ਇਟ ਨੈਵਰ ਐਂਡਸ। ਭਾਈ ਸਾਹਿਬ ਨੇ ਵੀ ਲਿਖਿਆ, ਮੈਨੂੰ ਜਿੰਨਾ ਪਤਾ ਲੱਗਿਆ ਮੈਂ ਉਹਨਾਂ ਬੁੱਕਸ ਦੇ ਵਿੱਚ ਲਿਖਿਆ। ਅਤੇ ਅਜੇ ਗੁਰਸਿੱਖ ਹੋਰ ਹੈਗੇ ਵੱਡੇ ਜਿਨ੍ਹਾਂ ਨੂੰ ਹੋਰ ਐਕਸਪੀਰੀਅੰਸ ਹੋਏ ਹੋਣਗੇ, ਅਤੇ ਮੈਂ ਉਨਾ ਹੀ ਲਿਖ ਸਕਦਾ ਜਿੰਨਾ ਮੈਨੂੰ ਪਤਾ ਲੱਗਿਆ, ਪਰ ਮੇ ਬੀ ਉਹ ਤੋਂ ਜ਼ਿਆਦਾ ਵੀ ਸੀ। ਸੋ ਆਈ ਥਿੰਕ ਇਹਦੀ ਲੋੜ ਨਹੀਂ ਹੈਗੀ ਜ਼ਿਆਦਾ। ਗੁਰਸਿੱਖ ਸਹਿਜ ਯੋਗ ਆ। ਕੱਲ੍ਹ ਪਰਸੋਂ ਗੱਲ ਹੁੰਦੀ ਸੀ ਵੀ ਜਿਵੇਂ ਅੰਮ੍ਰਿਤ ਛਕਣਾ ਪੈਂਦਾ ਰੱਬ ਨੂੰ ਮਿਲਣ ਵਾਸਤੇ ਕਿ ਨਹੀਂ, ਬੰਦੇ ਦੀ ਨੋਰਮਲ ਉਮਰ ਹੁਣ ਕਨੇਡਾ ਜਾ ਕੇ ਜਾਂ ਅਮਰੀਕਾ ਦੇ ਵਿੱਚ ਵਾਹਵਾ ਵੱਧ ਗਈ, ਕਿਉਂਕਿ ਇੱਥੇ ਮੈਡੀਕਲ ਫੈਸਿਲਿਟੀਜ਼ ਬਹੁਤ ਆ। 70-75 ਸਾਲ ਉਮਰ ਹੁੰਦੀ ਸੀ ਉੱਥੇ, ਤੁਹਾਡੇ ਪੇਰੈਂਟਸ ਨੂੰ ਛੱਡ ਕੇ ਜਾਂਦੇ। ਨੋਰਮਲ ਉਮਰ ਜਿਹੜੀ ਆ ਉਹ 80 ਸਾਲ ਹੈ ਨਾ, ਮੇਰੇ ਬੀ ਜੀ ਚੜ੍ਹਾਈ ਕੀਤੇ 90 ਸਾਲ ਦੇ ਸੀਗੇ, ਅਤੇ 100 ਸਾਲ ਲਾ ਕੇ ਮੰਨ ਲਈਏ ਅਤੇ 100 ਸਾਲਾਂ ਦੇ ਵਿੱਚ ਸਾਰਾ ਜਿਹੜਾ ਕੰਮ ਕਰਨਾ ਵਾ ਆਪਾਂ ਜਿਹੜਾ ਪ੍ਰੋਮਿਸ ਕਰਕੇ ਆਏ ਹਾਂ, ਅਤੇ ਫਾਸਟ ਜਿਹੜਾ ਤਰੀਕਾ ਆ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ, ਅਤੇ ਆਸੇ ਪਾਸੇ ਧੱਕੇ ਖਾਣ ਦੀ ਲੋੜ ਨਹੀਂ, ਹੁਣ ਆਸੇ ਪਾਸੇ ਜਾਣ ਦੀ ਲੋੜ ਨਹੀਂ, ਕਿ ਤਰੀਕੇ ਤਾਂ ਸਾਰੇ ਹੀ ਕਿਤੇ ਨਾ ਕਿਤੇ ਲੈ ਜਾਣਗੇ ਆਪਾਂ ਨੂੰ। ਕੋਈ ਇੰਦਰ ਦੇਵਤੇ ਦੀ ਪੂਜਾ ਕਰ ਲੂਗਾ, ਕੋਈ ਜਿਹਦਾ ਵੀ ਆਪਾਂ ਪੂਜਾ ਕਰ ਲਾਂਗੇ, ਇਟਸ ਮੋਰ ਅਬਾਊਟ ਮੈਨੀਫੈਸਟੇਸ਼ਨ। ਆਈ ਥਿੰਕ ਆਵਰ ਜਨਰੇਸ਼ਨ ਅੰਡਰਸਟੈਂਡਸ ਮੈਨੀਫੈਸਟੇਸ਼ਨ ਮੋਰ। ਵਟ ਐਵਰ ਯੂ ਵਾਂਟ, ਵਟ ਐਵਰ ਯੂ ਥਿੰਕ, ਦੇਰ ਇਜ਼ ਅ ਕੁਆਂਟਮ ਫੀਲਡ ਦੈਟ ਵੀ ਕ੍ਰੀਏਟ ਐਂਡ ਦੈਨ ਵੀ ਮੂਵ ਟੂਵਰਡਸ ਦੈਟ ਗੋਲ। ਆਈ ਡੋਂਟ ਰਿਮੈਂਬਰ ਵਾਸ ਥਰੂ ਔਰ ਪ੍ਰਹਿਲਾਦ, ਪਰ ਉਹਨਾਂ ਨੇ ਇੰਦਰ ਦੇਵਤੇ ਦੀ ਭਗਤੀ ਕੀਤੀ ਅਤੇ ਕਹਿੰਦੇ ਇੰਦਰ ਦੇਵਤੇ ਦਾ ਸਿੰਘਾਸਨ ਡੋਲ ਗਿਆ। ਸੋ ਵਟ ਐਵਰ ਵੀ ਵਾਂਟ ਇਨ ਆਵਰ ਲਾਈਫ ਵੀ ਮੂਵ ਟੂਵਰਡਸ ਦੈਟ ਗੋਲ। ਸੋ ਮੇਨ ਗੱਲ ਇਹ ਹੈਗੀ ਆ ਵੀ ਗੁਰਸਿੱਖੀ ਦੇ ਵਿੱਚ ਜਦੋਂ ਆਪਾਂ ਦਸਮ ਦੁਆਰ ਵਾਲੇ ਪਾਸੇ ਵਧਣਾ ਸਵਾਸ ਗ੍ਰਾਸ ਦੇ ਨਾਲ, ਉਹ ਸੌਖਾ ਤਰੀਕਾ ਆ, ਆਪਾਂ ਨੂੰ ਬੜਾ ਔਖਾ ਲੱਗਦਾ, ਪਰ ਜੇ ਕਦੇ ਕਿਸੇ ਯੋਗੀ ਨਾਲ ਗੱਲ ਹੋਈ ਨਾ ਤਾਂ ਉਹ ਪੁੱਛ ਕੇ ਦੇਖਣ ਵਾਲਾ, ਅਤੇ ਨਹੀਂ ਤਾਂ ਉਹਨਾਂ ਦੇ ਸ਼ਬਦ ਦਸਮ ਦੁਆਰ ਦੇ ਵਿੱਚ ਦੋ ਇਗਜ਼ਾਮਪਲਸ ਨੇ, ਉਹ ਪੜ੍ਹ ਕੇ ਦੇਖ ਲਈਏ। ਮੈਂ ਸਾਰਾ ਐਕਸਪਲੇਨ ਨਹੀਂ ਕਰ ਸਕਦੀ, ਟਾਈਮ ਹੈ ਨਹੀਂ ਆਪਣੇ ਕੋਲ, ਪਰ ਉਹ ਦਿਖਾਉਂਦਾ ਆ ਵੀ ਕਿੱਦਾਂ ਹਜ਼ਾਰਾਂ ਸਾਲ ਯੋਗੀਆਂ ਨੇ ਭਗਤੀ ਕੀਤੀ ਐਂਡ ਦੇ ਕੁਡ ਓਨਲੀ ਉਹ ਇੜਾ ਪਿੰਗਲਾ ਹੀ ਬਸ ਉਹ ਸਿੱਧੀ ਕਰ ਸਕੇ ਜਾਂ ਤ੍ਰਿਕੁਟੀ ਤੱਕ ਪਹੁੰਚ ਸਕੇ। ਅਤੇ ਪਰ ਜਦੋਂ ਭਾਈ ਸਾਹਿਬ ਹੁੰਦੇ ਸੀ, ਹੁਣ ਵੀ ਕਈ ਗੁਪਤ ਗੁਰਸਿੱਖ ਆ, ਬਾਪੂ ਜੀ ਅਨੰਦਪੁਰ ਸਾਹਿਬ ਹੈਗੇ ਆ, ਅੰਬੋ ਮਾਜਰੇ ਵਾਲੇ ਬਾਪੂ ਜੀ ਹੁੰਦੇ ਸੀ, ਭਾਈ ਸੁਰਜੀਤ ਸਿੰਘ ਜੀ ਪਟਿਆਲਾ ਹੁਣੇ ਚੜ੍ਹਾਈ ਕੀਤੇ ਆ, ਉਹ ਸਾਰੇ ਗੁਰਸਿੱਖ ਜਿਹੜੇ ਸੀਗੇ, ਮੈਂ ਇਹਨਾਂ ਨੂੰ ਮਿਲੀ ਨਹੀਂ, ਪਰ ਕਿਉਂਕਿ ਡੈਡੀ ਜਾਣਦੇ ਸੀ ਤਾਂ ਉਹਨਾਂ ਸਾਖੀਆਂ ਸੁਣਾਉਂਦੇ ਰਹਿੰਦੇ ਆ। ਅਤੇ ਅੰਤਲੇ ਦਮਾਂ ਤਾਂ ਕਿਸੇ ਦਾ ਦਸਮ ਦੁਆਰ ਖੁੱਲ੍ਹ ਗਿਆ ਸੀ, ਕਿਸੇ ਨੂੰ ਜੋਤ ਵਿਗਾਸ ਹੋ ਗਿਆ ਸੀ। ਜੋਤ ਵਿਗਾਸ ਮੀਨਸ ਤ੍ਰਿਕੁਟੀ ਦੇ
ਜਿਹੜਾ ਚਾਨਣ ਸਾਰੇ ਸਿਰ 'ਚ ਹੋ ਜਾਣਾ ਦਸਮ ਦੁਆਰ ਮੀਨਸ ਜਦੋਂ ਅਨਹਦ ਸ਼ਬਦ ਸੁਣਨ ਲੱਗ ਪੈਂਦਾ ਅਤੇ ਅੰਮ੍ਰਿਤ ਚੋਣ ਲੱਗ ਪੈਂਦਾ ਹੈ ਨਾ ਸੋ ਅਲੱਗ ਅਲੱਗ ਲੈਵਲਸ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਅਤੇ ਪਰ ਉਹ ਗੁਰਸਿੱਖ ਬੜੇ ਵੱਡੇ ਵੱਡੇ ਹੋਏ ਆ ਅਤੇ ਉਹਨਾਂ ਨੇ ਜੀਵਨੀਆਂ ਪੜ੍ਹਨ ਵਾਲੀਆਂ ਉਹਨਾਂ ਤੋਂ ਸਿੱਖਣ ਵਾਲਾ ਖਾਸ ਕਰਕੇ ਅਗੇਨ 70s ਦੇ ਗੁਰਸਿੱਖ ਉਹਨਾਂ ਕੋਲ ਬਹੁਤ ਕੁਛ ਆ ਦੱਸਣ ਵਾਸਤੇ ਅਤੇ ਹੱਠ ਯੋਗ ਕੁੰਡਲੀਨੀ ਯੋਗਾ ਇਹ ਸਾਰੀਆਂ ਚੀਜ਼ਾਂ ਲੋਕ ਦਸਮ ਦੁਆਰ ਪਾਉਣ ਵਾਸਤੇ ਕਰਦੇ ਆ ਪਰ ਉਹਦੇ ਵਿੱਚ ਉਹਨਾਂ ਨੂੰ ਵੀਰ ਜੀ ਨੇ ਕੱਲ੍ਹ ਮੇਰੀ ਸਲਾਈਡ ਚੋਰੀ ਕਰ ਲਈ ਸੀ ਅਤੇ ਉਹਦੇ ਵਿੱਚ ਸੀਗਾ ਪੰਜ ਇੰਸਟਰੂਮੈਂਟ ਚੀਜ਼ਾਂ ਆਪਾਂ ਨੂੰ ਮਿਊਜ਼ਿਕ ਸੁਣਦਾ ਆ ਅਤੇ ਉਹ ਜਿਹੜਾ ਦਸਮ ਦੁਆਰ ਹੁੰਦਾ ਉਹ ਅਸਲ 'ਚ ਦਸਮ ਦੁਆਰ ਨਹੀਂ ਹੁੰਦਾ ਥੋੜ੍ਹੇ ਜਿਹੇ ਥੱਲੇ ਲੈਵਲ ਦੀ ਅਵਸਥਾ ਹੁੰਦੀ ਆ ਪਰ ਜਦੋਂ ਆਪਾਂ ਨੂੰ ਕੀਰਤਨ ਸੁਣਨ ਲੱਗ ਪੈਂਦਾ ਸੱਚਖੰਡ ਦਾ ਉਹ ਸਾਰਿਆਂ ਤੋਂ ਟੌਪ ਦੀ ਅਵਸਥਾ ਹੁੰਦੀ ਆ ਆਈ ਥਿੰਕ ਅਗੇਨ ਸਲਾਈਡ ਹੈਗੀ ਆ ਤੁਸੀਂ ਪੜ੍ਹ ਸਕਦੇ ਹਾਂ ਪਰ ਮੇਨ ਗੱਲ ਹੈ ਵੀ ਧੁਨੀ ਦੇ ਵਿੱਚੋਂ ਸਟਾਰਟ ਹੁੰਦਾ ਉਸ ਤੋਂ ਬਾਅਦ ਉੱਪਰ ਨੂੰ ਜਿਹੜੀ ਉਹ ਐਨਰਜੀ ਦਾ ਫਲੋ ਕਹਿ ਲਓ ਜਾਂ ਨਾਮ ਸਿਮਰਨ ਉੱਪਰ ਨੂੰ ਜਾਂਦਾ ਆ ਪੰਜ ਪਿਆਰੇ ਦੱਸਦੇ ਪੰਜਾਂ ਪਿਆਰਿਆਂ ਤੋਂ ਬਿਨਾਂ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਸੋ ਜ਼ਿਆਦਾ ਡਿਟੇਲ 'ਚ ਜਾਣ ਦਾ ਹੁਕਮ ਵੀ ਹੈ ਨਹੀਂ ਅਤੇ ਇੱਥੇ ਜੋ ਭਾਈ ਸਾਹਿਬ ਨੇ ਲਿਖਿਆ ਉਹ ਮੈਂ ਸਲਾਈਡ ਦੇ ਉੱਤੇ ਲਿਖਿਆ ਐਗਜੈਕਟ ਵਰਡਿੰਗ ਇਨ ਇੰਗਲਿਸ਼ ਟਰਾਂਸਲੇਸ਼ਨ ਅਤੇ ਇਹ ਜਿਹੜਾ ਡੂੰਘੀਆਂ ਗੁਪਤ ਗੱਲਾਂ ਨੇ ਜ਼ਿਆਦਾ ਬੋਲ ਨਹੀਂ ਸਕਦੇ ਅਤੇ ਇਹ ਤੁਸੀਂ ਪੜ੍ਹ ਸਕਦੇ ਹੋ ਸੋ ਬਾਣੀ ਦੀਆਂ ਤੁਕਾਂ ਨੇ ਉਲਟੇ ਉਹ ਕਮਲ ਬ੍ਰਹਮ ਵਿਚਾਰ ਇੱਥੇ ਧੁਨੀ ਦੇ ਵਿੱਚ ਕਮਲ ਆ ਜਿਹੜਾ ਪੁੱਠਾ ਆ ਕੱਲ੍ਹ ਪਰਸ ਕੱਲ੍ਹ ਦੀ ਗੱਲ ਆ ਕਈ ਵੀਰ ਜੀ ਨੇ ਕੁਸ਼ਚਨ ਪੁੱਛਿਆ ਸੀਗਾ ਵੀ ਹਾਂ ਵੀ ਸਾਡਾ ਧਿਆਨ ਆਸੇ ਪਾਸੇ ਜਾਂਦਾ ਸਾਰਿਆਂ ਦੇ ਜਾਂਦਾ ਜਵਾਨੀ ਦੇ ਉਮਰ ਦੇ ਵਿੱਚ ਸਾਰਿਆਂ ਦਾ ਧਿਆਨ ਮਤਲਬ ਜਿੱਦਾਂ ਆਪਾਂ ਸਮਝਦੇ ਹਾਂ ਕੁੜੀਆਂ ਮੁੰਡਿਆਂ ਵੱਲ ਜਾਂ ਕਿੱਦਾਂ ਹੈ ਨਾ ਸੋ ਜਿੰਨਾ ਚਿਰ ਉਹ ਕਮਲ ਮੁੱਧਾ ਆ ਉਹਨਾਂ ਚਿਰ ਉਹ ਸਾਰੇ ਧਿਆਨ ਦੇ ਵਿੱਚ ਆਉਂਦੇ ਰਹਿਣੇ ਆ ਜਿਵੇਂ ਜਿਵੇਂ ਬਾਣੀ ਨਾਮ ਬਾਣੀ ਦਾ ਆਪਾਂ ਜਾਪ ਕਰਦੇ ਹਾਂ ਉਹ ਜਿਹੜਾ ਉਲਟਾ ਕਮਲ ਹੁੰਦਾ ਉਹ ਸਿੱਧਾ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਸ ਪਾਸੇ ਧਿਆਨ ਹੀ ਨਹੀਂ ਜਾਂਦਾ ਸੋ ਇਹ ਸਾਰਾ ਕੁਛ ਹੋਣਾ ਨਾਮ ਬਾਣੀ ਦੇ ਨਾਲ ਆ ਸੋ ਇਹ ਬੜਾ ਸਾਈਕਲ ਜਿਹਾ ਵੀ ਪਹਿਲਾਂ ਸਿੱਧਾ ਕਰੀਏ ਕਮਲ ਕਿ ਪਹਿਲਾਂ ਬਾਣੀ ਪੜ੍ਹੇ ਕੀ ਕਰੀਏ ਹੈ ਨਾ ਸਾਈਕਲ ਜਿਹਾ ਬਣ ਜਾਂਦਾ ਵੀ ਬਾਣੀ 'ਚ ਮਨ ਨਹੀਂ ਲੱਗਦਾ ਫਿਰ ਬਾਣੀ ਪੜ੍ਹਦੇ ਹਾਂ ਵੀ ਕੀ ਕਰੀਏ ਹੈ ਨਾ ਸੋ ਮੈਂ ਜਦੋਂ ਕਰਮ ਫਿਲਾਸਫੀ ਪੜ੍ਹੀ ਆਹੀ ਕੁਸ਼ਚਨ ਸੀਗੇ ਮੇਰੇ ਮਨ ਦੇ ਵਿੱਚ ਕਿਰਪਾ ਕੀ ਹੁੰਦੀ ਆ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ ਕਰਮਾਂ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ ਫਿਰ ਮੈਂ ਕੀ ਕਰ ਸਕਦੀ ਹਾਂ ਜੇ ਮਹਾਰਾਜ ਦੀ ਕਿਰਪਾ ਹੀ ਨਹੀਂ ਕਿਰਪਾ ਤੋਂ ਬਿਨਾਂ ਮੇਰੇ ਕੋਲ ਕੁਛ ਹੋਣਾ ਹੀ ਨਹੀਂ ਫਿਰ ਮੇਰਾ ਕੀ ਰੋਲ ਹੈ ਇਹਦੇ ਵਿੱਚ ਸੋ ਇਨ ਦੀ ਐਂਡ ਜਦੋਂ ਸਾਰੀ ਬੁੱਕ ਪੜ੍ਹੀ ਤਾਂ ਵੀ ਮੈਨੂੰ ਇਹ ਸਮਝ ਆਇਆ ਵੀ ਮੇਰੇ ਹੱਥ 'ਚ ਅਰਦਾਸ ਆ ਮੇਰ ਵਾਸਤੇ ਅਰਦਾਸ ਆ ਮੇਰੇ ਹੱਥ ਦੇ ਵਿੱਚ ਮੈਂ ਰੋਜ਼ ਤਾਂ ਹੀ ਅਰਦਾਸ ਇੰਨੀ ਕਰਾਉਂਦੇ ਆ ਐਵਰੀ ਡੇ ਆਪਾਂ ਅਰਦਾਸ ਕਰਦੇ ਹਾਂ ਫਿਰ ਸ਼ਾਮ ਨੂੰ ਫਿਰ ਰਹਿਰਸ ਤੋਂ ਬਾਅਦ ਅਰਦਾਸ ਕਰਦੇ ਹਾਂ ਮਹਾਰਾਜ ਮਿਹਰ ਕਰੋ ਉਹ ਜਿਹੜੀ ਅਰਦਾਸ ਹੈ ਉਹ ਮਹਾਰਾਜ ਸੁਣ ਲੈਂਦੇ ਉਹ ਤੋਂ ਬਾਅਦ ਕਿਰਪਾ ਹੋ ਜਾਂਦੀ ਜਦੋਂ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਕਿਰਪਾ ਹੋ ਹੀ ਜਾਂਦੀ ਹੈ ਫਿਰ ਤਾਂ ਸਾਰਾ ਕੁਛ ਹੀ ਹੋ ਜਾਂਦਾ ਹੈ ਨਾ ਸੋ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਵੀ ਮੇਰਾ ਕੰਮ ਕੀ ਅਰਦਾਸ ਕਰਨਾ ਉਸ ਤੋਂ ਬਾਅਦ ਛੋਟੇ ਛੋਟੇ ਜਮਵੀਰ ਜੀ ਨੇ ਸਮਝਾਇਆ ਸਮਾਰਟ ਗੋਲਸ ਥੋੜ੍ਹਾ ਥੋੜ੍ਹਾ ਵਧਾਉਂਦੇ ਰਹਿਣਾ ਜਿੰਨਾ ਵੱਧ ਸਕਦਾ ਵਧਾਈ ਜਾਓ ਉਹ ਤੋਂ ਬਾਅਦ ਮਹਾਰਾਜ ਨਾਲ ਨਾਲ ਕਿਰਪਾ ਕਰੀ ਜਾਂਦੇ ਗੁਰਬਾਣੀ ਦੀ ਪਾਰਸ ਕਲਾ ਵਰਤੀ ਜਾਂਦੀ ਥੋੜ੍ਹਾ ਪੜ੍ਹਦੇ ਹਾਂ ਉਹਦੇ ਨਾਲ ਹੋਰ 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 ਕਹਿੰਦੇ ਨਾ ਜਿਵੇਂ ਪਤਾ ਨਹੀਂ ਮੈਨੂੰ ਭੁੱਲ ਗਿਆ ਹੁਣ 12 ਸਾਲ ਹੋ ਗਏ ਇੱਥੇ ਆਏ ਨੂੰ ਕਹਿੰਦੇ ਹੁੰਦੇ ਤੈਨੂੰ ਪੈਸੇ ਨੂੰ ਪੈਸਾ ਖਿੱਚਦਾ ਕੁਛ ਇੱਦਾਂ ਦੀ ਗੱਲ ਹੁੰਦੀ ਹੈ ਨਾ ਇਹਦੇ ਹੀ ਇੱਕ ਬਾਣੀ ਦਾ ਪਾਠ ਕੀਤਾ ਉਹਨੇ ਹੋਰ ਮਨ ਲਾਉਣਾ ਦੂਜੀ ਦਾ ਕੀਤਾ ਉਹਨੇ ਹੋਰ ਮਨ ਲਾਉਣਾ ਹੈ ਨਾ ਉਹਦੇ ਨਾਲ ਫਿਰ ਸਭ ਕੁਛ ਠੀਕ ਹੋ ਜਾਂਦਾ ਸੋ ਉਸ ਤੋਂ ਬਾਅਦ ਇਹ ਵੀ ਹੁਣ ਆਹ ਜਗ ਡਿੱਠਾ ਕਿਵੇਂ ਹੁੰਦਾ ਅਗਲਾ ਕਿਨ ਡਿੱਠਾ ਕੁਛ ਇੱਦਾਂ ਦੀ ਗੱਲ ਹੈ ਨਾ ਬੜਾ ਚਿਰ ਹੋ ਗਿਆ ਭੁੱਲ ਗਈ ਸਾਰੀਆਂ ਬੀਜੀ ਸੁਣਾਉਂਦੇ ਹੁੰਦੇ ਸਾਡੇ ਮੇਰੇ ਦਾਦੀ ਜੀ ਹਾਂਜੀ ਆਹ ਦੁਨੀਆ ਬੜੀ ਚੰਗੀ ਲੱਗਦੀ ਆ ਦੋਸਤ ਮਿੱਤਰ ਭੈਣ ਭਰਾ ਇੰਨੀਆਂ ਸਵਾਦ ਮਠਿਆਈਆਂ ਬੇਕਿੰਗ ਕੇਕਸ ਐਵਰੀਥਿੰਗ ਨਾ ਕਿੰਨਾ ਸਾਰਾ ਕੁਛ ਬਹੁਤ ਵਧੀਆ ਲੱਗਦਾ ਪਰ ਹੁਣ ਇਹਦੇ ਵਿੱਚ ਕੀ ਹੈ ਵੀ ਕੀ ਕੋਈ ਸਾਡੇ ਲਾਲਚ ਕੀ ਆ ਫਿਰ ਉਹਦੇ ਵਿੱਚ ਸੀਗਾ ਵੀ ਉਹ ਕੱਲ੍ਹ ਹੀ ਆਈ ਥਿੰਕ ਫਿਰ ਗੁਰੂ ਸਾਹਿਬ ਦੀ ਸੀਗੀ ਤੁਕ ਆਪਣੇ ਲੋਕ ਕੋ ਕੀ ਨਾ ਉਮੀਦ ਹੈ ਨਾ ਵੀਰ ਜੀ ਨੇ ਬੋਲੀ ਸੀ ਸੋ ਆਹ ਨਾ ਪਾਰਜਾ ਤਮਤ ਟ੍ਰੀ ਇਨਫਿਨਿਟੀ ਮੈਨੀਫੈਸਟੇਸ਼ਨ ਜਦੋਂ ਅਸੀਂ ਸਟਾਰਟ ਹੀ ਕਰਦੇ ਹਾਂ ਥੋੜ੍ਹੇ ਜਿਹੇ ਚਿਰ ਬਾਅਦ ਹੀ ਨਾ ਜੋ ਮਨ 'ਚ ਆਉਂਦਾ ਆਪੇ ਹੀ ਪੂਰਾ ਹੋ ਜਾਂਦਾ ਇੱਛਾ ਵੀ ਨਹੀਂ ਰੱਖਣ ਦੀ ਲੋੜ ਮਨ 'ਚ ਆਇਆ ਨਾਲ ਦੀ ਨਾਲ ਉਹ ਆਪੇ ਪੂਰਾ ਹੋ ਜਾਣਾ ਤੁਹਾਨੂੰ ਇਹ ਸੋਚਣ ਦੀ ਵੀ ਨਹੀਂ ਲੋੜ ਪੈਣੀ ਜਾਂ ਮੈਨੂੰ ਤੁਹਾਨੂੰ ਤਾਂ ਮੈਨੂੰ ਕਹਿਣਾ ਹੀ ਨਹੀਂ ਚਾਹੀਦਾ ਸੰਗਤ ਗੁਰੂ ਦਾ ਰੂਪ ਆ ਜੋ ਮਨ 'ਚ ਆਇਆ ਉਹਨੇ ਆਪੇ ਪੂਰਾ ਹੋ ਜਾਣਾ ਅਤੇ ਜਦੋਂ ਸਟੇਟ ਆ ਜਾਂਦੀ ਆ ਉਦੋਂ ਕੋਈ ਸਟ੍ਰੈਸ ਨਹੀਂ ਕਿਉਂਕਿ ਕੰਮ ਆਪੇ ਜਾਂ ਤਾਂ ਅਸੀਂ ਭਾਣੇ ਦੇ ਵਿੱਚ ਹੋ ਜਾਣਾ
जां सानू उदां ही जो चाहुंदे आपे महाराज ने देई जाणा। सो कोई ना तो कोई स्ट्रैस आ ना कोई एंगजाइटी आ उस स्टेट दे विच। काम सिर्फ एक ही करना भी सवेरे उठना दो तो चार दे विच ते नाम जपना बस, बाणी पढ़ लैनी अपना नितनम कर लैना, महाराज ने हौली हौली कृपा करके वधाई जाना, जो मन च फुरना आया उन्हें पूरा हो जाना, किसी ने तंग नहीं करना। अंकल जी ने कहा सुना जी 12 साल औखियां रही बीबिया के उदू बाद सब कुछ ठीक हो गया। सो मेन गल आई भी हाँ भी सिर्फ नाम जपना, इन्नी मेहनत अपन करनी पैंती, किसी को मना की लड़ पी भी हाँ तू आह काम कर दे मेरे वास्ते, पर जो गुरु साहब ने एक बार कहा तो उन्होंने अपने आप ही सारे के मन चेंज कर देना। सो बैरियरस की आ सारे कासे महाराज ने क्वेश्चन बनाए बड़े जिम्मे ट्रिकी जे क्वेश्चन है ना, काम क्रोध लोभ मोह अहंकार ते इन्हां तो अगे फिर चार ग्रहता उपज पैंदियां जो आप इन्हां दे वस दे विच हुंदे आ। पर इहड़े काम क्रोध लोभ मोह अहंकार है साडी हैल्प भी करदे आ, इह सानूं अवेयर करदे कि मैं आ गया। जे असीं थोड़ा जिहा अवेयरनैस दे विच रहीए ना भी हाँ हुण जिवें फर्ज करो भी प्रेजेंटेशन ही बड़ी वधिया चल गई जां कीर्तन कीता तो इन्ना वधिया गया सारी संगत ना रोंदी सीगी इन्ने विराग दे विच सी ते मन छोमे आ गई मैं इन्ना सोहणा कीर्तन करदा। फिर वो जो अवेयरनैस भी हाँ हूँ मैं हौमे आ गई और दूल्हा वीर जी मेरी सिस्टर लाया जतन इन्हों की नूँह आ वह दस दी होंगी है भी फिर जो मैं कीर्तन करके हटती हाँ उदू बाद महाराज को कहनी हाँ भी महाराज तुम कराया तो उन्होंने दूल्हा वीर जी ने दसा भी हाँ भी ये फिर थोड़ी हौमे दूर रही बंदे तो। सो इदा जो अवेयरनैस हो जाए भी हाँ भी मैं गुस्सा आया आ तो वीर जी ने दसा भी जी भी गलती करनी वो लिख लेंगे जो सारिया चीज़ा जो आप अपने जिंदगी दे विच ला लीए तो फिर काम क्रोध लोभ मोह अहंकार जोड़े आ अपने रिमाइंडर बन जाते भी हाँ भी मैं आह हूँ मैं क्रोध आ गया आह हूँ मैं लोभ आ गया जोड़े भी ये अपन रिमाइंडरस आ जाते वो सगो अपनी जिंदगी सुधर जाती है। महाराज ने कुछ भी गलत नहीं बनाया, महाराज सानू ट्रिक नहीं करते, महाराज ने जो बनाया साड़ी हैल्प वास्ते बनाया। तो यह जो 5 चोर आ ये भी साड़ी हैल्प वास्ते ही बनाए साढ़े फ्रेंड आ, पर जिन्ना चिर सानू राइड करते उन्ना चिर प्रॉब्लम है, पर जो असं इन्हों राइड कर लग जाने महाराज की कृपा के नाल उदो सब कुछ ठीक हो जाता, फिर यह रिमाइंडर बन जाते। दुनिया चल नहीं सकती इन्हों तो बगैर दुनिया चल नहीं सकती। सो बाउंटी फ्रॉम द गुरु एंड द लॉर्ड, जो असं सिर्फ एक काम करते हैं एक कदम गुरु साहब वाल पुटते हैं तो जो देर इज़ नो सेंस ऑफ स्ट्रैस एंगजायटी एनी फीलिंग ऑफ फिजिकल एलमेंट, यही भी गुरसिखा पीड़ नहीं होंगी ज किमें पर इन्ने उच्चे उठ जाते हैं स्ट्रैस तो एंगजायटी तो भी भाने च हो जाते हो उन्हें से सब कुछ ठीक हो जाता। गुरु साहब तत्ती तवी तो बैठे सके है ना, वो इन्नी अवस्था उन्होंने सी कई बार कई लोग माता गुजरी जी ने जो कई बार विचारा जहा बना के पेश करते भी उन्होंने पोत्र चढ़ाई कर गए जी पर वो असी वो बॉडी नहीं सी वो सिर्फ बॉडी दे विच आए हुए सीगे पर उनकी अवस्था इन्नी उच्ची सी उन्होंने तो 1% भी पीड़ नहीं लगती सी, उन्होंने 1% दुख नहीं लगता सीगा। सो मेन गल भी जदों आप उत्थे पहुँच जाने जिहड़ी अवस्था है ना सारी दुनिया के दुख मुक जाते सर्व लोक आखर नाम। सो जिहड़ा गुरसिखी वाला पार्ट आ वो इत्थे चरण सरन गुर एक पैंडा चाहे चल किदां मिलना गुरु साहब नूं एक कदम चुकना है अरदास करनी है तो उस तो बाद महाराज ने आप ही अपने नाल आपां नूं जोड़ लेना, थोड़ा थोड़ा काम करी जाओ थोड़ा थोड़ा पाठ थोड़ा थोड़ा एवरीडे वधाई चलीए उहदे नाल आपां नूं हैल्प होगी तो इन द एंड मिल ही जाणगे गुरु साहब बहुत चंगे। सो ये आई थिंक पहला हो गई अपनी गल सो पांच सत्त मिनट रहिंदे अपने कोल ते इहदे विच थोड़ा जिहा साइंस की गल कर लईए, गुरसिखी मेन आ पर साइंस जी थोड़ा जि हेल्प कर दी आप समझा। सो लॉजिक राइट अप्रोच नहीं है क्योंकि जो आप लॉजिक के चल जाने बहसबाजी शुरू हो जाती, पर कई बार थोड़ा जहा हैल्प भी कर दिता जिमें साड़ी जनरेशन थोड़ी जी हैल्प मिल जाती है ये नाल। आ एक हैगा डॉक्टर आ कहिंदा फिगर आउट वट यू बिलीव एंड वाई आवर किड्स वॉन्ट एंड नीड डिटेल्ड वैल रीजनड आंसरस अबाउट गॉड। सो ये एक क्रिश्चन आ जरा इदा कहिंदा। सो जिहड़ा बिलीवर आ जिहदा महाराज दे विच बिलीफ हैगा उहदे वास्ते महाराज का जिहड़ा वचन आ उह पत्थर ते लकीर आ ते उहनूं फॉलो कर लैंदे आ, पर जिहड़े साडे वर्गे हजे उत्थे अवस्था नहीं पहुंची उहनां वास्ते लॉजिक जिहड़ा थोड़ा जिहा हैल्प कर सकदा। पुराने साडे जिहड़े हुण स्टूडेंट आ सीइंग इज़ बिलीविंग, जो सामने दिसदा उही है ना, पर एक टाइम सीगा टैसला साइंटिस्ट हुंदा सी उहदे बारे लिखिआ सी वी एन एलियन इंटैलीजेंस, हुण आ टैसला वाला एलन मस्क उहदे बारे ना मीम्स बन के आउंदे आ वी तू दा एलियन आ। ठीक है, जिहड़ी चीज़ का पता नहीं उहनूं आपां समझदे आ एग्जिस्ट नहीं करती, जिहड़ी चीज़ दिसदी आ उही एग्जिस्ट करदी, तां ही महाराज तां भरोसा नहीं हुंदा
क्योंकि आप अजे एक्सपीरियंस नहीं किया। जो एक्सपीरियंस करा उदू बाद भरोसा नहीं टुटना। एक एक्सपीरियंस हो गया ना जो वधिया वाला उदू बाद महाराज तो भरोसा बन जाना, वह नहीं टुटना। उदू बाद हुण मेरा सानिया बड़ा लाइक करता मैंडलोरियन ते स्टार वॉर्स है ना, तो ये जेडाइज होंगे तो यह ना इन्ह की भगती बड़ी होंगी तो इदा चीज़ों चुकी जाते हैं, इन्ह बड़िया करामात दिखाते। करामात गुरसिखी च नहीं आदियाँ पर एटलीस्ट इन्हें शो करते भगती करते तो सारिया चीज़ा इन्हों के आ जाए। छोटे बच्चों वास्ते ठीक है पर ऐ भी इन दी एंड मेन गल है भी करके पता लगना, सुन के नहीं पता लगना, किताबा पढ़ के नहीं पता लगना, कुछ नहीं। जिन्ना चेर लैब एक्सपैरीमेंट पढ़ी गए उन्ना चेर कुछ नहीं पता लगना। जदों किया तो जदों वो टाइट्रेशन हुई ना तो वह जो रंग चेंज हो गया उदों ही पता लगना भी लैब एक्सपैरीमेंट इज़ कंप्लीटेड। तो जदों असल च जदों नाम वाणी करिया अमृत वेला करिया उहदे नाल कुछ महसूस होया, सिर च कोई एक्सपीरियंस होया जां उदां कोई मैनीफेस्टेशन होनिया शुरू हो गई फिर बिलीफ अपना वधना। रहने दी साइंस नू, चल एक अद्धी गल कर लेंगे आना। आई डोंट नो किन्ने जणां नूं समझ आ वेव्स हुंदियां है ना, आपां नूं पता है वी समुंदर च जाने वेव्स हुंदियां, लाइट दियां भी वेव्स हुंदियां ने। सो आ जिहड़ी एग्जाम्पल है इहदे विच हैगा भी आ है फिजिक्स दी एग्जाम्पल आ पर इहनूं मैं संगत एक संगत दे नाल जोड़िया। सो आ जिहड़ा गुरसिख्या आ भी गुरसिख्या इकट्ठे बह के सिमरन करते सीगे उन्हां दी वेव उच्ची हो गई ठीक है। आ जिहड़ा है गुरसिख्या ते आ जिहड़ा है मनमुखिया इहदों ने इकट्ठे बैठे सी गल्लां बातां करते सीगे ते उह कैंसल हो गए, फ्लैट लाइन आ गई उत्थे। तो यह रियालिटी आ फ्रीकुएंसी एनर्जी निकोला टेस्ला कहिंदा जे तुसीं यूनीवर्स नूं समझना एनर्जी फ्रीकुएंसी एंड वाइब्रेशन नूं समझ लो फिर यह जिहड़ी चीज़ आ जिन्नी हाई फ्रीकुएंसी वाले गुरसिख दे नेड़े बहना उन्ना ही ज़्यादा अपने गुरसिखी नूं फायदा होना ठीक है। यो चीज़ दिखाई सी ये ब्रेन वेव्स आ रेनबो नूं याद कर लो वेब क्योर है ना। आ इत्थे जाके आ जिहड़ा 2 to 4 दा टाइम हुंदा ब्रेन वेव्स इदां हुंदियां उदों स्लो डाउन फोकस्ड ते तां ही करके 2 to 4 दे विच अमृत वेला महाराज ने कहा Can we go back to the previous slide? So lucid dreaming ya ede vich jive sharir alag ho sakda hunda apni soul ton te bade gursikh experience kar sakde ha aa jada aa jinna utte jai janda itthe sare beta jadiyan hegiyan waves ede vich apna anxiety feel hundi ha bahut zyada stress feel hundi ha। आ जड़ा ये अपन स्टेट जी कई म्यूजिक भी है जोड़े स्टेट अचीव कर हेल्प करते हैं पर जड़ा गुरसिखी नाम बाणी आ ये ना 15-20 मिनटों बंदा उत्थे पहुँच जाता। अगेन आ रिलैक्सड काम मैडिटेशन की स्टेज आ जिमें जिमें तेज हों इतें जाके लॉस ऑफ सेंस ऑफ सैल्फ फाइट रोबोटिक रिस्पोंस देर इज जड़ा अपना एनीमल ब्रेन है पिछे वो एक्टिव हो जाता अपन कुछ समझने लगती भी हूँ की करिए। जिम मैं जो प्रेजेंटेशन करनी सी आई वॉज ऑलमोस्ट जिमें इतें जे होंगी मैं लगता ठीक है। थोड़ा जि जिमें आप जो गल करनी इन्नी जाने तुम सारे सारे इन्नी समझ है ना मेरे वर्गा बंदा जो गल करता थोड़ी डर भी लगता है ना। सो ये जोड़ा है ब्रेन वेव्स ने जो आप नामबाणी करते हैं ना उदो आप इतने पहुँच जाने पढ़ाई लै लो रिलेशनशिप्स लै लो सारा कुछ अपने आप सैट हो जाता क्योंकि जो दिमाग है वही सैट हो गया। सो आ जिहड़े आ इह चक्कर ने अगेन रेनबो दा एग्जैक्टली जो ब्रह्मंडे सोई पंडे तुक पूरी करोगे जो खोजे सो पावे। सो आ बाहर रेनबो देखदे उही रेनबो साडे अंदर आ ठीक है। अगे जाके स्लाइड आ जिहड़ा थल्ले वाला रूट चक्कर आ ना इह रिस्पोंसिबल है सैक्सुअल डिजायरस वास्ते मटीरियलिस्टिक डिजायरस वास्ते पर गुरसिख दे चक्कर इत्थों शुरू हुंदे आ तां नूं इत्थों थल्ले नूं जिहड़ा आ उन्होंने कह देंगे मुद्दा कम जब इधर मूँह आ एनर्जी का उदो साडा ध्यान जड़ा वो सारा है भी मैं पैसे होर चाहिए मैं कपड़े होर चाहिए मैं सारा कुछ जिमें
मेरा बॉयफ्रेंड बनाने जी करता, मेरा गर्लफ्रेंड बनाने जी करता, पर जो इतों तां नूं तुर पै कम जो नाम बाणी जपन लग सा, खास करके सास क्रास राइट वे एनर्जी उपर नूं तुर पैंदी है, तुहाडा ध्यान जिहड़ा है ओह फिर हट जांदा उस पासे। आ फ्रीकुएंसी आ 700 प्लस ते कहिंदे एनलाइटनमेंट गोरे कहिंदे आ, अपने तो पता नहीं कितने होनी है 1000 2000 जां कोई लिमिट हैगी भी कि नहीं। उस तो बाद इमोशनल स्पायरल तुहानूं दिसदा नहीं हैगा, मेन गल इहदे विच इह आ भी आ धुन्नी आ, धुन्नी तो थले नूं जदों हैगा एंगजाइटी डिप्रैशन एवरीथिंग, आ धुन्नी तो थले नूं जदों कमल मुद्दा आ, कमल जिहड़ा आ साइंटिफिक लैंग्वेज दे विच ओह हैगा एनर्जी फ्लो। एनर्जी फ्लो जब थले नूं आ उदों सारे एक्सपीरियंस नैगेटिव जिंदगी दे हुंदे आ, जदों एनर्जी फ्लो उपर नूं आ असेंडिंग दे विच आ स्पायरल जिहड़ा आ उदों सारे ब्लिसफुल एक्सपीरियंस हुंदे। ਉੱਥੇ ਸੱਤ ਚੱਕਰ ਦਿਖਾਏ ਸੀਗੇ ਮਹਾਰਾਜ ਕਹਿੰਦੇ ਖੱਟ ਚੱਕਰ, ਹੈ ਨਾ, ਛੇ ਚੱਕਰ ਗੁਰਸਿੱਖੀ ਦੇ ਵਿੱਚ ਆ। ਤਾਂ ਹੀ ਜਦੋਂ ਵੀਰ ਜੀ ਕਹਿੰਦੇ ਸੀ ਵੀ ਹੱਸਦੇ ਨੇ ਵੀ ਗੱਲਬਾਤ ਉਸ ਪਾਸੇ ਕਰਨ ਨੂੰ ਗਰੇਜ ਕਰਦੇ ਸੀ, ਕਿਉਂਕਿ ਗੁਰਸਿੱਖੀ ਦੇ ਵਿੱਚ ਲਾਸਟ ਵਾਲਾ ਚੱਕਰ ਜਿਹੜਾ ਉਹਨੂੰ ਕਾਊਂਟ ਹੀ ਨਹੀਂ ਕੀਤਾ। ਅੱਜ ਕੱਲ੍ਹ ਆਪਾਂ ਨੂੰ ਹੁਣ ਜ਼ਿੰਦਗੀ ਦੇ ਵਿੱਚ ਲੋੜ ਪੈਂਦੀ, ਕਿਉਂਕਿ ਆਪਣਾ ਕਮਲ ਮੁੱਦੇ ਆ ਸਾਰਿਆਂ ਦੇ, ਸਭ ਨੂੰ ਸਮਝਣਾ ਪੈਣਾ ਵੀ ਉਹ ਕੀ ਚੀਜ਼ ਹੈ, ਅਤੇ ਉਹ ਅਗਲੀ ਜਿਹੜੇ ਕੁਸ਼ਚਨ ਆਂਸਰ ਸੈਸ਼ਨ ਆ ਉਹਦੇ ਵਿੱਚ ਇਹਦੇ ਬਾਰੇ ਹੀ ਆ। ਪਰ ਜਿਹੜਾ ਗੁਰਸਿੱਖਿਆ ਜਦੋਂ ਅੰਮ੍ਰਿਤ ਛਕ ਲਿਆ, ਉਦੋਂ ਬਾਅਦ ਜਦੋਂ ਸਵਾਸ ਗ੍ਰਸ ਨਾਮ ਜਪਣਾ ਸ਼ੁਰੂ ਕਰਤਾ, ਜਦੋਂ ਐਨਰਜੀ ਦਾ ਫਲੋ ਹੀ ਉੱਤੇ ਨੂੰ ਹੋ ਗਿਆ, ਤਾਂ ਫਿਰ ਉਹ ਸੱਤਵੇਂ ਚੱਕਰ ਦੀ ਲੋੜ ਹੀ ਨਹੀਂ ਪੈਂਦੀ। ਆ ਹੈਗਾ ਸਾਈਕੋਲੋਜੀ ਦੇ ਹਿਸਾਬ ਨਾਲ ਮੈਸਲੋ ਹਾਇਰਾਰਕੀ ਆਫ ਨੀਡਸ, ਜਿਵੇਂ ਜਿਵੇਂ ਬੰਦੇ ਦੀ ਗਰੋਥ ਹੁੰਦੀ ਆ ਸਾਈਕੋਲੋਜੀਕਲੀ, ਉਹ ਇੱਦਾਂ ਤਾਂ ਨੂੰ ਜਾਂਦਾ ਸਾਰਿਆਂ ਤੋਂ ਥੱਲੇ ਆਉਂਦੇ। ਜਿਵੇਂ ਬੇਸਿਕ ਨੀਡਸ, ਆਪਣੇ ਇੰਡੀਆ 'ਚ ਕੋਈ ਸੈਕਸ਼ੂਅਲ ਡਿਜ਼ਾਇਰ ਨੂੰ ਬੇਸਿਕ ਨੀਡ ਨਹੀਂ ਸੀ ਮੰਨਦਾ, ਇੱਥੇ ਮੰਨਦੇ ਆ। ਸੋ ਬੇਸਿਕ ਨੀਡਸ ਜਿਹੜੀਆਂ ਫਿਜ਼ੀਓਲੋਜੀਕਲ ਨੀਡਸ ਆ, ਸੇਫਟੀ ਨੀਡਸ ਆ, ਇਹ ਸਾਰੀਆਂ ਨੇ। ਹੁਣ ਅਗਲੀ ਜਿਹੜੀ ਸਲਾਈਡ ਆ ਉਹਦੇ ਵਿੱਚ ਵੈਸਟਰਨ ਸਾਈਕੋਲੋਜੀ ਐਂਡ ਈਸਟਰਨ ਸਪਿਰਚੁਅਲ ਫਿਲਾਸਫੀ, ਆਹ ਜਿਹੜੇ ਚੱਕਰ ਨੇ ਆਹ ਮੈਸਲੋ ਦੀ ਹਾਇਰਾਰਕੀ ਆ। ਜਿਵੇਂ ਜਿਵੇਂ ਬੰਦਾ ਗਰੋ ਹੁੰਦਾ, ਹੈ ਨਾ, ਜੇ ਕਿਸੇ ਕੋਲ ਪਾਣੀ ਰੋਟੀ ਹੈ ਨਹੀਂ ਗੀ, ਹੈ ਨਾ, ਉਹ ਵਿਚਾਰਾ ਇੱਥੇ ਹੀ ਫਸਿਆ ਹੋਇਆ ਅਜੇ, ਤਾਂ ਹੀ ਕਿ ਉਹ ਹੈਗਾ ਨਾ ਦਾਲ ਸਿੱਧਾ ਮੰਗੋ ਕੀ ਉਹ, ਹੈ ਨਾ। ਅਤੇ ਇੱਕ ਹੋਰ ਤੋਂ ਕਿਹਾ ਵੀ ਜੇ ਮੇਰੇ ਕੋਲ ਮੈਨੂੰ ਭੁੱਲ ਜਾਂਦੀ ਹੈ, ਤੂੰ ਕਹਾਂ ਮੇਰੀ ਮੈਮਰੀ ਗੁੱਡ ਨਹੀਂ, ਤਾਂ ਹੀ ਅੰਕਲ ਜੀ ਰਿਸ਼ਤੇਦਾਰ ਹੈ ਸਾਡੇ, ਉਹਨਾਂ ਦਾ ਨਾਮ ਭੁੱਲ ਜਾਂਦਾ, ਦਰਵਿੰਦਰ ਸਿੰਘ, ਹੈ ਨਾ। ਸੋ ਉਹ ਉਹਦੇ 'ਚ ਕਹਿੰਦੇ ਆ ਵੀ ਭੁੱਖੇ ਭਗਤ ਨਾ ਕੀਜੇ, ਹਾਂਜੀ, ਜੇ ਮਾਲਾ ਆਪਣੀ ਲੀਜੇ, ਜੇ ਇੱਥੇ ਬੈਠੇ ਆ ਹਜੇ ਮੇਨ ਫਿਜ਼ੀਓਲੋਜੀਕਲ ਦੀਆਂ ਨੀਡ ਹੀ ਨਹੀਂ ਪੂਰੀਆਂ ਹੋਈਆਂ, ਮੇਰੇ ਤੋਂ ਭਗਤੀ ਕਿੱਥੇ ਹੋਣੀ, ਇੱਥੋਂ ਤਾਂ ਕਿੱਥੇ ਜਾਇਆ ਜਾਣਾ, ਆਹ ਦਸਮ ਦੁਆਰ ਹੈ ਕ੍ਰਮ ਚੱਕਰ, ਹੈ ਨਾ। ਮੈਸਲੋ ਇੱਥੇ 'ਚ ਰਹਿ ਜਾਂਦਾ ਵਿਚਾਰਾ ਵੈਸਟਰਨ ਸਾਇੰਸ, ਠੀਕ ਹੈ। ਪਰ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਚੱਕਰਾਂ ਦੇ ਵਿੱਚ ਤਾਂ ਉਹਨੂੰ ਐਨਰਜੀ ਚੜ੍ਹਦੀ ਆ, ਇੱਥੇ 'ਚ ਜਾ ਕੇ ਸੈਲਫ ਐਕਚੁਅਲਾਈਜੇਸ਼ਨ ਉਹਦੀ ਆਉਂਦੀ ਆ, ਜਿੱਥੇ ਸਾਰੇ ਆਈਨਸਟਾਈਨ ਵਰਗੇ ਸਾਰੇ ਜਿੰਨੇ ਲੋਕ ਉਹ ਆ ਇੱਥੇ ਪਹੁੰਚੇ ਸੀ, ਠੀਕ ਹੈ ਕਿ ਨਹੀਂ। ਜਿੰਨੇ ਹੁਣ ਅੱਜ ਕੱਲ੍ਹ ਦੇ CEO ਅਮੋਲਕ ਸਿੰਘ ਭਾਅ ਜੀ, ਹੈ ਨਾ, ਉਹ ਸਾਰੇ ਇੱਥੇ ਜੇ ਬੈਠੇ ਆ। ਭਾਅ ਜੀ ਗੁਰਸਿੱਖਿਆ ਹੋ ਸਕਦਾ ਇੱਥੇ ਹੁਣ, ਮੈਂ ਕਹਿ ਨਹੀਂ ਸਕਦੀ ਕੁਛ, ਪਰ ਇਲੋਨ ਮਸਕ ਲਾ ਲਓ, ਹੈ ਨਾ, ਉਹ ਇੱਥੇ ਜੇ ਬੈਠਾ। ਚੱਕਰ ਜਿਹੜੇ ਅਗੇਨ ਇਹ ਕੀ ਆ, ਕਨੈਕਸ਼ਨ ਵਿਦ ਐਵਰੀਥਿੰਗ ਆ। ਮੈਡੀਕਲ ਸਾਇੰਸ ਹੋ ਸਕਦਾ ਕੋਈ ਤੁਹਾਡੇ 'ਚ ਮੈਡੀਕਲ ਸਾਇੰਸ ਵਾਲਾ ਹੋਵੇ, ਐਂਡੋਕ੍ਰੀਨ ਸਿਸਟਮ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਥਾਇਰਾਇਡ ਦੀ ਪ੍ਰੋਬਲਮ ਆ, ਕਾਹਤੋਂ ਆ, ਕਿਹੜੇ ਚੱਕਰ 'ਚ ਪ੍ਰੋਬਲਮ ਆ, ਹੈ ਨਾ। ਸੋ ਅਗਲੀ ਸਲਾਈਡ ਹੈਗੀ ਆ ਐਕੂਪ੍ਰੈਸ਼ਰ, ਹੈਗਾ ਕੋਈ ਇੱਥੇ ਐਕੂਪ੍ਰੈਸ਼ਰ ਕਰਨ ਵਾਲਾ, ਨਹੀਂ। ਆਹ ਦੇਖ ਲਓ, ਆਹ ਸਾਰੇ ਜਿਹੜੇ ਚੱਕਰਾਂ ਦੇ ਰੰਗ ਰੇਨਬੋ ਕਲਰਸ, ਉਹ ਸਾਰੇ ਹੱਥਾਂ 'ਤੇ ਬਣੇ ਹੋਏ ਆ। ਮੇਰੇ ਮੰਮੀ ਥੋੜ੍ਹਾ ਜਿਹਾ ਐਕੂਪ੍ਰੈਸ਼ਰ ਕਰ ਦਿਓ, ਐਨਰਜੀ ਰਿਲੀਜ਼ ਕਰ ਦਿੰਦੇ, ਠੀਕ ਹੋ ਜਾਂਦਾ ਢਿੱਡ ਦੋ ਦਿਨ ਛੋਟੇ ਹੁੰਦਿਆਂ, ਹੱਥ ਜਿਹਾ ਨੱਪਦੇ ਸੀਗੇ, ਠੀਕ ਹੋ ਜਾਂਦਾ ਸੀ। ਭਾਈ ਨਿਰਮਲਬੀਰ ਸਿੰਘ ਅੰਕਲ ਜੀ ਆ, ਉਹਨਾਂ ਨੂੰ ਬਹੁਤ ਆਉਂਦਾ ਐਕੂਪ੍ਰੈਸ਼ਰ। ਸੋ ਬਸ ਉਹ ਐਨਰਜੀ ਰਿਲੀਜ਼ ਕਰਨੀ, ਠੀਕ ਹੋ ਜਾਂਦਾ ਬੰਦਾ, ਅਤੇ ਜਿਹੜਾ ਬੰਦਾ ਨਾਮ ਬਾਣੀ ਚਾਹੁੰਦਾ ਉਹਦੇ ਚੱਕਰ ਆਪੇ ਕਲੀਅਰ ਹੋ ਜਾਂਦੇ, ਉਹਨੂੰ ਕੋਈ ਰੋਗ ਹੀ ਨਹੀਂ ਹੁੰਦਾ ਫਿਰ। ਐਕੂਪੰਕਚਰ, ਮੇਰੇ ਹਸਬੈਂਡ ਦੀ ਕਾਰਪਲ ਟਨਲ ਦੀ ਪ੍ਰੋਬਲਮ ਆਈ ਆ, ਸੂਈਆਂ ਮਰਾ ਕੇ ਆਉਂਦੇ ਨੇ, ਹੈ ਨਾ, ਅਤੇ ਆਹ ਐਨਰਜੀ ਮੈਰੀਡੀਅਨਸ ਹੁੰਦੇ, ਇਹਨਾਂ ਦੇ ਮੇਨ ਚੱਕਰ ਇੱਥੇ ਆ, ਪਰ ਸਾਰੇ ਸਰੀਰ ਦੇ ਵਿੱਚ ਐਨਰਜੀ ਦੇ ਚੈਨਲ ਨੇ ਆਪਣੇ, ਜਿਹੜੇ ਇਹ ਇੱਥੇ ਉੱਪਰ ਲਿਖਿਆ, ਇਨ ਐਵਰੀ ਕਲਚਰ ਐਂਡ ਇਨ ਐਵਰੀ ਮੈਡੀਕਲ ਟ੍ਰਡੀਸ਼ਨ ਬਿਫੋਰ ਆਵਰਸ ਹੀਲਿੰਗ ਵਾਜ਼ ਅਕੰਪਲਿਸ਼ਡ ਬਾਏ ਮੂਵਿੰਗ ਐਨਰਜੀ। ਸੋ ਦੈਟ ਮੂਵਿੰਗ ਐਨਰਜੀ ਨਾਮ ਕੀ ਕਰਦਾ, ਸਰਬਰੋ ਕਾਖਦ ਨਾਮ, ਐਨਰਜੀ ਮੂਵ ਕਰਦਾ ਫਰੋਮ ਧੁੰਨੀ, ਹੈ ਨਾ, ਨੇਵਲ, ਕਾਲੀ ਸਿੱਖਿਆ ਕਿਵੇਂ ਕਹਿਣਾ, ਹੈ ਨਾ, ਟੂ ਹੇਅਰ। ਚੈੱਕ ਯੂਅਰ ਸਿਮਟਮਸ, ਕਿਹੜੇ ਚੱਕਰ 'ਚ ਪ੍ਰੋਬਲਮ ਆ, ਤੁਸੀਂ ਹੁਣੇ ਕਰ ਸਕਦੇ ਹੋ। ਇੱਥੇ ਕਹਿੰਦਾ ਜੋ ਡਿਫੀਕਲਟ ਟੂ ਮੈਡੀਟੇਟ, ਬਾਡਲੀ ਡਿਸਕਨੈਕਟ, ਕ੍ਰਾਊਨ ਚੱਕਰ 'ਚ ਪ੍ਰੋਬਲਮ ਹੈ, ਆਹ ਸਾਰਾ
ਅਸਾਂ ਲੋਸ ਜੋ ਵੀ ਹੈਗਾ ਸਾਰਾ ਹਰੇਕ ਚੱਕਰ ਦੀ ਪ੍ਰੋਬਲਮ ਜਿਹੜੀ ਆ ਆ ਹੈਡੇਕਸ ਡਿਪਰੈਸ਼ਨ ਥਾਇਰਾਇਡ ਪ੍ਰੋਬਲਮ ਦੇਖ ਸਕਦੇ ਤੁਸੀਂ ਚੱਕਰਾਂ ਦੇ ਵਿੱਚ ਪ੍ਰੋਬਲਮ ਸਾਰੀ ਤੇ ਗੁਰਬਾਣੀ ਕੀ ਕਰਦੀ ਸਾਰੇ ਚੱਕਰ ਠੀਕ ਕਰ ਦਿੰਦੀ ਆ ਸਾਰਾ ਕੁਛ ਆ ਗਿਆ ਕੀ ਕਹਿੰਦੇ ਹੁੰਦੇ ਅੰਕਲ ਜੀ ਅਗੇਨ ਹਾਥੀ ਦੇ ਪੈਰ 'ਚ ਸਾਰਿਆਂ ਦੇ ਪੈਰ ਹਨਾ ਇੱਕ ਹੀ ਕੰਮ ਕਰਨ ਦੀ ਲੋੜ ਹੈ ਸਵੇਰੇ ਉੱਠ ਕੇ ਦੋ ਤੋਂ ਚਾਰ ਦੇ ਵਿੱਚ ਨਾਮ ਬਾਣੀ ਜਪਣਾ ਹਨਾ ਆ ਸਾਰਾ ਕੁਛ ਠੀਕ ਹੋਣਾ ਜਿਹੜਾ ਆਹ ਲਿਖਿਆ ਤੇ ਮੈਂ ਨਹੀਂ ਬਣਾਇਆ ਇਹ ਆਨਲਾਈਨ ਲੱਭਿਆ ਸੀ ਹੁਣ ਵਿਵੇਕ ਦੀ ਗੱਲ ਆ ਗਈ ਇੱਥੇ ਕਿਤੇ ਮੀਟ ਨਹੀਂ ਹੈਗਾ ਸਾਰੇ ਰੰਗ ਆਪਾਂ ਨੂੰ ਡਾਕਟਰ ਕਹਿੰਦੇ ਨਾ ਵੀ ਅਲੱਗ ਅਲੱਗ ਰੰਗਾਂ ਦੇ ਫਲ ਖਾਓ ਤੁਹਾਡੀ ਸਿਹਤ ਵਾਸਤੇ ਚੰਗੇ ਆ ਆ ਦੇਖ ਲਓ ਸਾਰੇ ਚੱਕਰਾਂ ਦੇ ਨਾਲ ਉਹ ਫਲ ਸਾਰੇ ਰਿਲੇਟ ਹੁੰਦੇ ਆ ਠੀਕ ਹੈ ਅਤੇ ਉੱਥੇ ਕਿਤੇ ਕਿਸੇ ਨੇ ਮੀਟ ਨਹੀਂ ਲਿਖਿਆ ਗੋਰਿਆਂ ਦੀ ਸਲਾਈਡ ਆ ਅਤੇ ਕਿਸੇ ਨੇ ਆਖਿਆ ਨਹੀਂ ਵੀ ਇੱਥੇ ਮੀਟ ਖਾਣਾ ਸਾਰੇ ਵੈਜੀਟੇਰੀਅਨ ਆ ਉਹ ਤੋਂ ਬਾਅਦ ਮੇਰੇ ਕੋਲ ਸਲਾਈਡ ਹੈ ਨਹੀਂ ਪਰ ਕਹਿੰਦੇ ਜਿਹੜਾ ਪਾਣੀ ਹੁੰਦਾ ਮੈਮਰੀ ਰਿਟੇਨ ਕਰਦਾ ਜਿਹੜੀ ਚੀਜ਼ ਅਸੀਂ ਵਿਵੇਕ ਕਾਹਤੋਂ ਕਹੀਦਾ ਜਿਹੜੀ ਚੀਜ਼ ਦੇ ਵਿੱਚ ਪਾਣੀ ਆ ਉਹ ਚੀਜ਼ ਜਦੋਂ ਕਿਸੇ ਨੇ ਕੁੱਕ ਕਰਕੇ ਤੁਹਾਨੂੰ ਖਵਾਉਣੀ ਆ ਉਸ ਬੰਦੇ ਦੀ ਜੋ ਵੀ ਵਾਈਬ੍ਰੇਸ਼ਨ ਆ ਜਿੱਦਾਂ ਦੀ ਸੋਚ ਆ ਸਾਰੀ ਪਾਣੀ ਨੇ ਸਟੋਰ ਕਰ ਲੈਣੀ ਉਹ ਪਾਣੀ ਜਦ ਤੁਸੀਂ ਪਾਣੀ ਨਾਲ ਬਣੀ ਕੋਈ ਵੀ ਚੀਜ਼ ਜਦੋਂ ਅੰਦਰ ਜਾਣੀ ਆ ਉਹਨੇ ਤੁਹਾਡੇ ਅੰਦਰ ਸਾਰੇ ਇਮੋਸ਼ਨਸ ਪਾ ਦੇਣੇ ਹੁਣ ਮੇਰੇ ਹਸਬੈਂਡ ਆ ਉਹ ਬਾਹਰੋਂ ਖਾ ਲੈਂਦੇ ਉਹਨਾਂ ਨੇ ਮੈਨੂੰ ਦੱਸਿਆ ਮੇਰਾ ਐਕਸਪੀਰੀਅੰਸ ਨਹੀਂ ਮੈਂ ਛੋਟੇ ਹੁੰਦਿਆਂ ਤੋਂ ਅਗੇਨ ਮੇਰਾ ਕੋਈ ਇਸ 'ਚ ਰੋਲ ਨਹੀਂ ਮੰਮੀ ਡੈਡੀ ਨੇ ਸਿਖਾਇਆ ਸੀ ਮੈਂ ਬਾਹਰੋਂ ਨਹੀਂ ਖਾਧਾ ਕਦੇ ਅਤੇ ਉੱਦਾਂ ਹੀ ਚੱਲਦਾ ਆਉਂਦਾ ਮੈਨੂੰ ਕਹਿੰਦੇ ਮੇਰੇ ਹਸਬੈਂਡ ਨੇ ਮੈਨੂੰ ਆਖਿਆ ਕਹਿੰਦੇ ਜੇ ਤੂੰ ਛੱਡਿਆ ਨਾ ਸਰਬ ਲਓ ਮੈਂ ਤੈਨੂੰ ਛੱਡ ਦੇਣਾ ਮੈਂ ਕਿਹਾ ਠੀਕ ਆ ਆਪ ਭਾਵੇਂ ਕਰਨ ਨਾ ਕਰਨ ਪਰ ਮੈਨੂੰ ਉਹਨਾਂ ਨੇ ਇੱਦਾਂ ਆਖਿਆ ਠੀਕ ਆ ਹੁਣ ਤੱਕ ਉਹਨਾਂ ਨੇ ਸਾਰਾ ਮਤਲਬ ਮੇਰੇ ਪੂਰਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਂ ਵੀ ਇਹਨੂੰ ਜਿਵੇਂ ਹੈਗੀ ਆ ਇਹਨੂੰ ਉਵੇਂ ਰਹਿਣ ਦੇਣਾ ਜਿਹਨੂੰ ਤਰੱਕੀ ਕਰਨ 'ਚ ਹੈਲਪ ਕਰਨੀ ਸਵੇਰੇ ਜਦੋਂ ਉੱਠੀਦਾ ਨਾ ਮਾਰਨ ਜਾ ਕੇ ਕਹਿੰਦੇ ਆ ਸੁਖਾਸਨ ਆਈ ਮੀਨ ਕੀ ਕਹਿੰਦੇ ਪ੍ਰਕਾਸ਼ ਕਰਕੇ ਪਰ ਕਹਿੰਦੇ ਮੈਂ ਨਾ ਦੀਪ ਕੌਰ ਲੈ ਕੇ ਆਉਣਾ ਹੁਣ ਮਹਾਰਾਜ ਸਿੱਧੀ ਗੱਲ ਮਾਰਾ ਨਾ ਇੱਦਾਂ ਹੀ ਜਿਵੇਂ ਤੁਰੇ ਫਿਰਦਿਆਂ ਗੱਲਾਂ ਕਰਦੇ ਰਹਿੰਦੇ ਸੋ ਆਮ ਲੱਕੀ ਟੂ ਹੈਵ ਹਿਮ ਮੇਨ ਗੱਲ ਇਹ ਆ ਵੀ ਜਿਹੜਾ ਵਿਵੇਕ ਆ ਉਹ ਸਾਰਾ ਸਾਇੰਸ ਦੇ ਹਿਸਾਬ ਨਾਲ ਚੱਲਦਾ ਵਿਵੇਕ ਨਹੀਂ ਆ ਸੱਚ ਸਾਇੰਸ ਦੇ ਹਿਸਾਬ ਨਾਲ ਚੱਲਦਾ ਸਾਇੰਸ ਉਹਦੇ ਹਿਸਾਬ ਨਾਲ ਚੱਲਦੀ ਇੱਦਾਂ ਕਹਿਣਾ ਚਾਹੀਦਾ ਸੋ ਇਹ ਜਿਹੜੇ ਸਾਰੇ ਚੱਕਰ ਆ ਇਹਨਾਂ ਵਾਸਤੇ ਅਲੱਗ ਅਲੱਗ ਫੂਡ ਬਣੇ ਆ ਪਰ ਜਦੋਂ ਮਹਾਰਾਜ ਦੇ ਜਦੋਂ ਕਿਰਪਾ ਦੇ ਨਾਲ ਆਪਾਂ ਨਾਮ ਬਾਣੀ ਜਪਿਆ ਆਪੇ ਠੀਕ ਹੋ ਗਏ ਵਿਵੇਕ ਦੇ ਵਿੱਚ ਰਹੇ ਭਾਈ ਸਾਹਿਬ ਨੇ ਤੱਤ ਗੁਰਮਤਿ ਸਟਰੇਟ ਫਾਰਵਰਡ ਸਾਰੀ ਕਿਤਾਬਾਂ 'ਚ ਲਿਖਤੀ ਜੇ ਕਿਸੇ ਨੂੰ ਰੈਸਪੀ ਚਾਹੀਦੀ ਆ ਵੀ ਮਹਾਰਾਜ ਨੂੰ ਕਿੱਦਾਂ ਮਿਲਣਾ ਚੱਕ ਕੇ ਬਸ ਭਾਈ ਸਾਹਿਬ ਦੀ ਬੁੱਕ ਪੜ੍ਹ ਲਓ ਰੈਸਪੀ ਨਾਲ ਦੀ ਨਾਲ ਤੁਹਾਡੇ ਸਾਹਮਣੇ ਆ ਜੂ ਹੋਰ ਕਿਤੇ ਜਾਣ ਦੀ ਲੋੜ ਨਹੀਂ ਸੋ ਗੁਰਮਤਿ ਵੇ ਸਿੰਪਲੈਸਟ ਐਂਡ ਦਾ ਮੋਸਟ ਇਫੈਕਟਿਵ ਇਹ ਜਿਹੜਾ ਜੋ ਵੀ ਸਲਾਈਡਾਂ ਸੀਗੀਆਂ ਆਹ ਮੈਂ ਕਿਤਾਬਾਂ ਲਿਖੀਆਂ ਗੁਰਮਤਿ ਵਿਵੇਕ ਕਰਮ ਫਿਲਾਸਫੀ ਅਨੰਤ ਸ਼ਬਦ ਦਸਮ ਦੁਆਰ ਅਤੇ ਆਹ ਜਿਹੜੀ ਚੀਜ਼ਾਂ ਨੇ ਨਾਮ ਕਮਾਈਆਂ ਮੈਡੀਟੇਸ਼ਨ ਭਾਣਾ ਗੁਰਬਾਣੀ ਕੀਰਤਨ ਕਮਿਟਮੈਂਟ ਟੂ ਗੁਰਸਿੱਖੀ ਵੇ ਆਫ ਲਾਈਫ ਆਲ ਵਿਵੇਕਸ ਬਾਣੀ ਦਾ ਵਿਵੇਕ ਬੋਲਣ ਦਾ ਵਿਵੇਕ ਸਾਰੀ ਤਰ੍ਹਾਂ ਦੇ ਵਿਵੇਕ ਪਲੱਸ ਸਰਬਲੋ ਦਾ ਵਿਵੇਕ ਅਤੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਾਨੂੰ ਹੈਲਪ ਕਰਦਾ ਸਰਬਲੋ ਦੇ ਵਿਵੇਕ ਦਾ ਇੱਕ ਹੋਰ ਚੀਜ਼ ਵੀ ਆ ਸਾਡਾ ਸਪਾਈਨਲ ਫਲੂਇਡ ਜਿਹੜਾ ਜਦੋਂ ਅਸੀਂ ਸਵਾਸ ਗ੍ਰਾਸ ਸਿਮਰਨ ਕਰਦੇ ਦਿਸ ਇਜ਼ ਮਾਈ ਲਾਸਟ ਸਲਾਈਡ ਸੋ ਕੈਨ ਆਈ ਹੈਵ ਓਨਲੀ ਵਨ ਮੋਮੈਂਟ ਸੋ ਜਦੋਂ ਅਸੀਂ ਸਵਾਸ ਗ੍ਰਾਸ ਸਿਮਰਨ ਕਰਦੇ ਹਾਂ ਜਿਹੜਾ ਪੀਨੀਅਲ ਗਲੈਂਡ ਆਪਣਾ ਹੈਗਾ ਨਾ ਇਹ ਪੀਜ਼ੋ ਇਲੈਕਟ੍ਰਿਕ ਚੀਜ਼ਾਂ ਦਾ ਬਣਿਆ ਕ੍ਰਿਸਟਲਸ ਲਾ ਲਓ ਜਾਂ ਜੋ ਮਰਜ਼ੀ ਲਾ ਲਓ ਜਦੋਂ ਉੱਚੀ ਉੱਚੀ ਸਵੇਰੇ ਜਦੋਂ ਉੱਠੀਦਾ ਨਾ ਤਾਂ ਭਾਈ ਸਾਹਿਬ ਉੱਥੇ ਖੰਡਾ ਖੜਕਾਉਣ ਜਾਂਦਾ ਉੱਚੀ ਉੱਚੀ ਅਤੇ ਕਈ ਵਾਰੀ ਮੇਰੇ 'ਚ ਸਵੇਰੇ ਹਿੰਮਤ ਨਹੀਂ ਹੁੰਦੀ ਵੀ ਹਾਂ ਵੀ ਮੈਂ ਉੱਚੀ ਉੱਚੀ ਕਰਾਂ ਪਰ ਮੈਂ ਲੇਜ਼ੀ ਹੋ ਜਾਂਦੀ ਅੱਧੀ ਕੁ ਸਾਂਸ ਹੋ ਜਾਂਦੀ ਵਿੱਚ ਹੀ ਹੈ ਨਾ ਅਤੇ ਪਰ ਜਦੋਂ ਉੱਚੀ ਉੱਚੀ ਸਿਮਰਨ ਕਰਨਾ ਉਹਦੇ ਨਾਲ ਜਿਹੜੇ ਪੀਜ਼ੋ ਇਲੈਕਟ੍ਰਿਕ ਪੀਜ਼ੋ ਇਲੈਕਟ੍ਰੀਸਿਟੀ ਫਿਜ਼ਿਕਸ ਦੀ ਟਰਮ ਆ ਜਦੋਂ ਉਹਨਾਂ ਕ੍ਰਿਸਟਲਸ 'ਤੇ ਪ੍ਰੈਸ਼ਰ ਪੈਂਦਾ ਉਹਦੇ ਲਾਈਟ ਅਪ ਅਤੇ ਜਿਹੜਾ ਪੀਨੀਅਲ ਗਲੈਂਡ ਆ ਉਹ ਸੇਮ ਚੀਜ਼ਾਂ ਦਾ ਬਣਿਆ ਜਿਨ੍ਹਾਂ ਦੀ ਅੱਖਾਂ ਬਣੀਆਂ ਨੇ ਮੇਨ ਉਹ ਮੈਲਾਟੋਨਿਨ ਨੂੰ ਕੰਟਰੋਲ ਕਰਦਾ ਗੋਰਿਆਂ ਦੇ ਹਿਸਾਬ ਨਾਲ ਪਰ ਹੁਣ ਜਿਹੜੀ ਵੈਸਟਰਨ ਸਾਇੰਸ ਆ ਉਹ ਵੀ ਹੁਣ ਪ੍ਰੂਵ ਕਰਦੀ ਆ ਵੀ ਜਿਹੜੇ ਉਹ ਪੀਜ਼ੋ ਇਲੈਕਟ੍ਰਿਕ ਕ੍ਰਿਸਟਲ ਨੇ ਜਦੋਂ ਇੱਕ ਜੋ ਡਿਸਪੈਂਜ਼ਾ ਆ ਨਿਊਰੋ ਸਾਇੰਟਿਸਟ ਆ ਉਹਨੇ ਐਕਸਪਲੇਨ ਕੀਤਾ ਹਾਓ ਬ੍ਰੈਥ ਵਰਕ ਹੈਲਪਸ ਹੀਲ ਐਵਰੀਥਿੰਗ ਲਿਖੀ ਆ ਨਾ ਉਹ ਸਾਇੰਟਿਸਟ ਆ ਬੰਦਾ ਉਹਨੂੰ ਪੜ੍ਹਨ ਵਾਲਾ ਆ ਜੇ ਆਪਾਂ ਨੂੰ ਭਾਈ ਸਾਹਿਬ ਦੀ ਸਮਝ ਨਹੀਂ ਲੱਗਦੀ ਨਾ ਸਾਰੀ ਸਿਮਰਨ ਤੇ ਹੀ ਆ ਵੀ ਤੁਸੀਂ ਸਿਰਫ ਸਾਹ ਨਾਲ ਕਿਦਾਂ ਹਰ ਇੱਕ ਬਿਮਾਰੀ ਦਾ ਇਲਾਜ ਕਰ ਸਕਦੇ ਬਿਲਕੁਲ ਇਹਨਾਂ ਨੇ ਸੁਣਿਆ ਮਤਲਬ ਮੈਨੂੰ ਲੱਗਦਾ ਵੀ ਜਿਨ੍ਹਾਂ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਖਿੱਚ ਹੈ ਉਹਨਾਂ ਨੂੰ ਲੱਭ ਜਾਂਦਾ ਕੁਛ ਨਾ ਕੁਛ ਸੋ ਜੋ ਡਿਸਪੈਂਸਰ ਜਿਹੜਾ ਆ ਉਹ ਐਕਸਪਲੇਨ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸਿਮਰਨ ਕੀ ਆ
पर जो वीडियो एक्सप्लेन करता ना बड़ा स्पाइनल फ्लूड की गल करता सारा भी इदा इदा करो फिर आ करो फिर मोढ़े चको सारा चर बहुत जोर ला के एक्सप्लेन करने की कोशिश करता। मैं बड़ी जब मैं दस नहीं सकती भी जो मैं वीडियो देखी तो मैं की महसूस होया भी पर ने दो मिनटों के सारा कुछ अंदर ही देता सी जड़ा बेचारा एक्सप्लेन करता है ना। तो मेरी फ्रेंड है जी क्रिश्चन वो बेचारी ने वीडियो देख ली कहती मैं बड़ी कोशिश करती हों नहीं मेरे तो होना भी नहीं हो क्योंकि उन्होंने वो गुरु चाहिए है ना। जिन्ना चर इनीशिएशन नहीं होंगी उन्ना चर वो गल नहीं बनती। सो मेन गल यह स्पाइनल फ्लूड हों जरा जो वैगुरू करते हैं ना उत्ते जाता फिर वो जो पीजो इलैक्ट्रिक क्रिस्टल ने उन्होंने प्रैशर पैंता तो लाइट अप होंगे सो लाइट रे फ्लिकर आती है ठीक है कि नहीं। हूँ यह भी आप कह देंगे भी हाँ साइंस ने एक्सप्लेन करता भी यह इनफ नहीं है पर गल यह भी यूनीवर्स जरा सारा कॉन्शियसनैस वो महाराज नहीं गे महाराज ही है वो तो वह जो अपना सिर है वो एंटीना महाराज ने जुड़ जाता तो ताइयों तो उत्ते जुड़ा करना वह भी एंटीना अपना। सो यह जी डिस्कशन जिते मर्जी लैके जा सकते हैं असी स्कूल जी मेरी फ्रेंड है कई बार जो गल शुरू कर लेंदी है ना फिर असी घर देखना सी नवा तो घर मेरी वेट करते भी असी घर देख जाना तो उन्हें गल शुरू कर ली मैंने भुल गया भी मैं तो घर देख जाना सी तो ढाई घंटे वो मेरे हसबेंड बेचारे बाहर खलोते मैं फोन करी जान मेरा फोन कितने होर पिया सी तो वह डिस्कशन चलती रही इस टॉपिक पर ही चलती रही तो वह मुड़ के मैं सगो झुटका पियाँ भी हाँ भी तू तो फोन ही नहीं चैक करती। बट एनीवेज ये जी डिस्कशन है यह बहुत लंबी जा सकती होंगी है मैं इतने फिनिश करती हाँ तो भुला चुका की माफ़ी मैं उन्नी समझ नहीं जिनी सारा इतने गुरसिखों समझ हैगी जी भी मेरे तो गलती हो मैं माफ़ कर दौ जे कोई चीज़ मेरे सीखने वाली है तो इस वर्कशॉप तो बाद मैं समझा दौ मैं जो भी मेरी कोई अंडरसटैंडिंग जी नहीं ठीक हैगी मैं उन्होंने फिक्स कर लूँगी भुला चुका की माफ़ फॉर मोर टाइम। वाहिगुरू जी का खालसा वाहिगुरू जी की फतह।